ਮੇਰੀ ਗੱਲ ਸੁਣ, ਇੱਧਰ ਕੀ ਕਰਦਾ ਫਿਰਦਾ ਤੂੰ? ਉਰੇ ਮਰ ਜਾ, ਸੁਣਦਾ ਹੀ ਨਹੀਂ ਹੁੰਦਾ, ਪਤਾ ਨਹੀਂ ਕਿੱਧਰ ਫਿਰਦਾ ਰੋ ਭੌਂਕਦਾ। ਇੰਨਾ ਚ ਕਿਉਂ ਵੱਜਦਾ ਫਿਰਦਾ? ਤੋੜਨੇ ਨੇ ਇਹਨਾਂ ਦੇ ਟੱਲ ਗਿਆ ਤੀ ਮੇਰੀ ਮਾਂ, ਮੈਨੂੰ ਇੰਨਾ ਕੁ ਤਾਂ ਕਰਨ ਦੇ ਦੋ। ਬੇਸ਼ਰਮਾ, ਸ਼ਰਮ ਮੰਨ ਲੈ ਕਰ, ਇੰਨਾ ਉੱਚੀ ਕਾ ਤੂੰ ਬੋਲਦਾ ਹੈ? ਮੈਨੂੰ ਐਂ ਦੱਸੀ, ਤੈਨੂੰ ਸ਼ਰਮ ਹਜਾ ਹੈਗੀ? ਮੈਂ ਗਾਲ ਤਾਂ ਨਹੀਂ ਕੱਢੀ ਹੈਗੀ, ਤੈਨੂੰ ਐਂ ਕਹਿਣਾ ਵੀ ਭਾਈ ਮਾੜਾ ਮੋਟਾ ਮੈਨੂੰ ਤੇਰੀ ਮਾਂ ਲੈ ਦਿਆਂ, ਮਾਂ ਲੈ ਦੇ ਤੇਰੀ। ਇੰਨੀ ਕੁ ਤਾਂ ਬਈ ਆਜ਼ਾਦੀ ਬੰਦੇ ਨੂੰ ਹੋਣੀ ਚਾਹੀਦੀ, ਤੂੰ ਤਾਂ ਮੇਰੇ ਮਗਰ ਮਗਰ ਆਇਆ ਫਿਰੀ ਨੇ ਜਿਵੇਂ ਮੈਂ ਨਾਲੀ ਚ ਡਿੱਗਦਾ ਹੋਵਾਂ। ਨਾ ਮੇਰੀ ਗੱਲ ਸੁਣ ਲੈ, ਤੈਨੂੰ ਹੈਗੀ ਹੈ ਮਾੜੀ ਮੋਟੀ ਸ਼ਰਮ ਹਜਾ? ਤੂੰ ਆ ਮੁੰਡਿਆਂ ਮੂਹਰੇ ਕੀ ਫੁਕਰੀਆਂ ਮਾਰੀ ਜਾਂਦਾ ਸੀ? ਤੈਨੂੰ ਪਤਾ ਅੱਜ ਕੱਪੜਿਆਂ ਤੇ ਇਹਨਾਂ ਨੇ 50,000 ਲਵਾਤਾ, ਔਰ ਤੇਰੀ ਨਾ 5 ਰੁਪਈਆਂ ਦੀ ਔਕਾਤ ਵੀ ਨਹੀਂ ਹੈਗੀ, ਤੂੰ ਚੰਬ ਲਿਆ ਫਿਰਦਾ ਇੱਥੇ। ਐਂ ਦੀ ਗੱਲ ਵੀ ਆ, ਮੈਂ ਤਾਂ ਆਪਦਾ ਸਟੈਂਡਰਡ ਜਿਹਾ ਦਿਖਾ ਰਿਹਾ ਸੀਗਾ, ਵਧੀਆ ਬਣਾਤਾ ਮੈਂ ਆਪਦਾ ਸਟੈਂਡਰਡ, ਹੁਣ ਤੂੰ ਐਂ ਦੇਖ ਲਾ ਮੇਰੀ ਵਧੀਆ ਇੱਜ਼ਤ ਕਰਦੇ ਨੇ ਗੇ। ਪਹਿਲੇ ਤਾਂ ਚਲੋ ਆਪਣੀ ਜਿਹੜੀ ਕਰਦੇ ਤੀ ਕਰਦੇ ਤੀ, ਹੁਣ ਤਾਂ ਵਧੀਆ ਕਰਦੇ ਨੇ। ਮੈਂ ਐਂ ਤੀ ਵੀ ਚੱਲ ਕਰਵਾ ਲਈਏ ਸੇਵਾ ਵਿਆਹ ਜੇ ਚ। ਹਾਂ ਮੈਨੂੰ ਐਂ ਲੱਗਦਾ ਹਜੇ ਤਾਂ ਵਿਆਹ ਚ ਬਹੁਤ ਦਿਨ ਪੈਣ, ਕਿਤੇ ਤੂੰ ਹੀ ਨਾ ਉਦੋਂ ਤੱਕ 70 ਪਰੇਟ ਕਰਾ ਕੇ ਬਗ ਜੀ। 70 ਤਾਂ ਕਿਹੜਾ ਲਾ ਦੂ, ਮੇਰੇ ਹੱਥੀ ਲਾ ਦੇ ਕੋਈ, ਹੱਥ ਤੋੜ ਦੂੰਗਾ ਮੈਂ। ਚੰਬਲਿਆ ਨਾ ਕਰ, ਇਹਨਾਂ ਚੰਬਲਿਆ ਨਾ ਕਰ, ਜਿਹੜੀ 4 ਦਿਨ ਸੇਵਾ ਹੁੰਦੀ ਆ ਕਰਾ ਲਾ, ਕਿਤੇ ਮੈਂ ਕਹਿੰਦੀ ਆ ਕਾਣੂ ਕਾਣੂ ਇੱਥੇ ਜੇ ਤੈਨੂੰ ਇਹ ਕੁੱਟਣ ਲੱਗ ਗਏ ਨਾ, ਤੈਨੂੰ ਮੁਰਗੇ ਵਾਂਗੂ ਛਿੱਲ ਕੇ ਭੇਜਣਗੇ। ਮੈਂ ਕਹਿੰਦੀ ਆ ਕਾਣੂ ਇਹਨਾਂ ਨੂੰ ਮੈਂ ਕਹਿਣਾ ਤਾਂ ਮੈਨੂੰ ਬਹੁਤ ਦੁਖੀ ਕਰਖਿਆ। ਉਹ ਜਾਣਦਾ ਮੈਂ ਐਡੇ ਪਾਣੀ 'ਚ ਨਹੀਂ ਹੈਗੇ ਇਹ, ਜਿੰਨਾ ਤਾਂ ਐਂ ਬਣਾਤਾ। ਅੱਛਾ ਐਡੇ ਪਾਣੀ 'ਚ ਹੈ ਨਹੀਂ, ਲੈ ਫਿਰ ਗੱਲ ਸੁਣ ਲਾ। ਹਾਂ ਜਿਹੜਾ ਮੇਰਾ ਫੁੱਫੜ ਸੀ ਵੱਡਾ ਸਾਰਿਆਂ ਨਾਲੋਂ। ਅੱਛਾ ਹੈ, ਉਹ ਮੇਰੇ ਬਾਪੂ ਨੂੰ ਕਹਿੰਦਾ, ਕਹਿੰਦਾ ਮੈਨੂੰ ਤੁਸੀਂ ਵਿਆਹ 'ਚ ਮੋਟਰਸਾਈਕਲ ਨਹੀਂ ਦਿੱਤਾ। ਮੇਰੇ ਬਾਪੂ ਦਾ ਸੁਭਾਅ ਬਾਹਲਾ ਅੜਬ ਸੀਗਾ। ਅੜਬ ਦੀ? ਅੱਛਾ ਹਾਂ, ਬਾਪੂ ਨੂੰ ਕਹਿੰਦਾ ਤੇ ਮੋਟਰਸਾਈਕਲ ਨਹੀਂ ਦਿੱਤਾ, ਬਾਕੀਆਂ ਨੂੰ ਮੋਟਰਸਾਈਕਲ ਦੇਤੇ। ਬਾਪੂ ਨੇ ਪਤਾ ਕੀ ਕਰਿਆ? ਕਹਿੰਦਾ ਆ ਜਾ ਤੈਨੂੰ ਅੱਜ ਹੀ ਨਵਾਂ ਮੋਟਰਸਾਈਕਲ ਕਢਾ ਕੇ ਦਿੰਨਾ। ਤੂੜੀ ਵਾਲੇ 'ਚ ਲੈ ਗਿਆ। ਫਿਰ ਫੁੱਫੜ ਨੂੰ ਐਸਾ ਛਿੱਲਿਆ, ਐਸਾ ਛਿੱਲਿਆ ਨਾ, 4 ਬੰਦੇ ਰੇਹੜੀ 'ਚ ਪਾ ਕੇ ਲੈ ਕੇ ਗਏ। ਅੱਛਾ ਫਿਰ ਰੇਹੜੀ ਦੇਤੀ ਉਹਨੂੰ? ਹੈ ਹਾਂ, ਰੇਹੜੀ ਦੇਤੀ ਉਹਨੂੰ, ਰੇਹੜੀ ਤੇ ਐ ਲੈ ਕੇ ਗਏ। ਉਹ ਤੁਰਨ ਜੋਗਾ ਨਹੀਂ ਛੱਡਿਆ, ਬਾਪੂ ਨੇ ਦੋਨਾਂ ਲੱਤਾਂ ਕੁੱਟ ਕੁੱਟ ਕੇ ਨਾ ਇਹੋ ਜਿਹੀਆਂ ਕਰਤੀਆਂ ਨਾ ਵੀ ਮੁੜ ਕੇ ਸਾਰੀ ਜ਼ਿੰਦਗੀ ਉੱਠ ਨਹੀਂ ਸਕਦਾ। ਮੈਨੂੰ ਲੱਗਦਾ ਤੂੰ ਉਹੋ ਜਿਹੀ ਸੇਵਾ ਕਰਾਏਗਾ ਆਪਦੀ ਤੋਂ। ਦੇਖ ਲੈ ਚਾਚੇ ਦਾ ਸੁਭਾਅ ਵੀ ਆਪਣੇ ਬਾਪੂ ਵਰਗਾ ਹੀ ਆ। ਨਹੀਂ ਆਇਆ ਵੀ ਚਾਚੇ ਨੂੰ ਤਾਂ ਮੈਂ ਕੁਛ ਵੀ ਨਹੀਂ ਕਹਿੰਦਾ ਹੈਗਾ, ਚਾਚੇ ਨੂੰ ਤਾਂ ਮੈਂ ਵਧੀਆ ਚਾਚਾ ਜੀ ਕਰਦਾ, ਇਹ ਤਾਂ ਮੈਂ ਕੁਛ ਕਹਿੰਦਾ ਵੀ ਨਹੀਂ ਹੈਗਾ। ਹਾਂ ਇੱਕ ਗੱਲ ਹੈਗੀ ਆ, ਤੇਰੀ ਬੀਬੀ ਨੂੰ ਸਮਝਾ ਲੈ, ਮੇਰੀ ਸੱਸ ਨੂੰ, ਉਹ ਰਾਕਸ ਆ, ਦੰਦ ਤੋੜ ਦੂ ਮੈਂ ਉਹਦੇ, ਬੜਾ ਬੋਲਦੀ ਆ ਉਹ। ਹਾਂ ਦੰਦ ਤਾਂ ਕੀ ਤੋੜੇਂਗਾ ਤੂੰ, ਉੱਥੇ ਇੱਥੇ ਬੀਬੀ ਨੂੰ ਕੁਛ ਕਹਿ ਕੇ ਵੀ ਦਿਖਾ, ਤੈਨੂੰ ਭੰਡਣਗੇ ਬਹੁਤ। ਮੈਂ ਨਹੀਂ ਤੇਰਾ ਸਾਥ ਦਿੰਦੀ, ਸਾਰਾ ਕੁਛ ਕਹੂੰਗਾ ਜੇ ਬਾਹਰ ਤੜਫੜ ਕਰਨਗੇ, ਪਰ ਉਸ ਕੇ ਵਗ ਜਾਣਾ ਗੱਲ ਕੀ ਆ। ਵਗ ਜਾ, ਉਹ ਤਾਂ ਮੈਂ ਪਹਿਲਾਂ ਭੇਜ ਵੀ ਦਿੱਤਾ ਕਰਮਾ ਮਨਾਉਣ ਨੂੰ, ਹੁਣ ਮੈਂ ਭੇਜਦੀ ਵੀ ਨਹੀਂ। ਆਪਣਾ ਤਾਂ ਗੱਲਾਂ ਹੀ ਦੋ ਨੇ ਬਾਈ, ਜਾਂ ਤਾਂ ਸੇਵਾ ਕਰੋ ਨਹੀਂ ਆਪਾਂ ਤਾਂ ਜਾਂਦੇ ਆ। ਵਗ ਜਾ, ਮੈਂ ਤਾਂ ਹੁਣ ਕਰਮੇ ਨੂੰ ਇਹ ਗੱਲ ਕਹੂੰ ਵੀ ਬਾਈ ਇਹਨੂੰ ਜਿੱਧਰ ਜਾਂਦਾ ਜਾ। ਹਾਂ ਸੱਚ, ਮੇਰੀ ਗੱਲ ਸੁਣ, ਤੂੰ ਮੇਰੇ ਜਮੀ ਨੰਬਰ ਘਟਾਈ ਜਾਂਦੀ ਆ, ਹੈ ਇਹ ਮੇਰੀ ਇੱਜ਼ਤ ਕਰਦੇ ਨੇ, ਤੂੰ ਉਹਨਾਂ ਕੋਲੇ ਜਾ ਕੇ ਕਹਿ ਜਾਂਦੀ ਆ ਇਹਦਾ ਐ ਨਾ ਕਰੋ ਬਾਈ, ਇਹਦਾ ਐ ਨਾ ਕਰੋ। ਮੈਨੂੰ ਪਤਾ ਤੂੰ ਕਿੰਨੀ ਕੁ ਇੱਜ਼ਤ ਕਰਾਉਣ ਦੇ ਲਾਇਕ ਹੈਗਾ, ਕਿੰਨੀ ਕੁ ਨਾ। ਆ ਜਿੰਨੀ ਕੁ ਤੂੰ ਇੱਥੇ, ਤੈਨੂੰ ਇੱਥੇ ਇੱਜ਼ਤ ਮਿਲੀ ਜਾਂਦੀ ਹੈ ਨਾ, ਤਾਂ ਹੀ ਤਾਂ ਆਪਦੀ ਮਾਂ ਤੋਂ ਉਦੋਂ ਮੈਨੂੰ ਭੋਰਾ ਵੀ ਨਹੀਂ ਦਵਾਈ ਮਰਨੇ ਆ। ਮੇਰੀ ਮਾਂ ਨਾਲ ਤੂੰ ਵਰਤਦੀ ਨਹੀਂ, ਜੇ ਮੇਰੀ ਮਾਂ ਨੂੰ ਤੂੰ ਇੱਕ ਵਾਰੀ ਮਾਂ ਕਹਿ ਦੇ ਨਾ ਪੈਰੀਆਂ ਥਲਾ ਦੇ, ਉਹ ਤਾਂ ਤੇਰੇ ਤਲੀਆਂ ਦੇਊਗੀ, ਪੈਰਾਂ ਥੱਲੇ ਆਏ ਹੱਥ ਦੇਊਗੀ ਤਲੀਆਂ। ਬੈਠੋ ਕਿਤੇ ਤੂੰ, ਹੁਣ ਉਹੀ ਨਾ ਛੱਤਰ ਖਾਲੀ। ਆ ਮਿੰਟ ਮਿੰਟ ਤੇ ਤੂੰ ਆਪਦੀ ਭਾਸ਼ਾ ਚੇਂਜ ਕਰਕੇ ਬਹਿ ਜਾ ਨਾ, ਬੰਦੇ ਵਾਂਗੂ ਸਿੱਧਾ ਬੋਲ ਪਿਆ ਕਰ, ਮੇਰੇ ਮੂਹਰੇ ਉਹਨਾਂ ਮੂਹਰੇ ਫੁਕਰੀ ਮਾਰਿਆ ਕਰ। ਮੈਂ ਤੇਰੇ ਮੂੰਹ ਤੇ ਮਰੂੰਗਾ, ਬਾਹਲਾ ਬੋਲੀ ਜਾਂਦੀ ਆ, ਸੁਣਿਆ ਤਾਂ ਨਹੀਂ ਹੈਗਾ। ਮੈਂ ਤਾਂ ਕਹਿੰਦੀ ਆ ਸੌਂ ਲੱਗੇ, ਮੈਂ ਤਾਂ ਇੱਕ ਵਾਰ ਕਹਿੰਦੀ ਆ ਵੀ ਜੇ ਤੂੰ ਮੇਰੇ ਮਾਰੇ ਨਾ, ਉਦੋਂ ਬਾਅਦ ਚ ਤੈਨੂੰ ਮੇਰੇ ਭਾਈ ਨਤੀਜਾ ਦਿਖਾਉਣ ਵੀ ਮੇਰੇ ਥੱਪੜ ਮਾਰੇ ਦਾ ਨਤੀਜਾ ਕੀ ਹੁੰਦਾ। ਮੈਂ ਤਾਂ ਕਹਿੰਦੀ ਆ ਫਿਰ ਤੇਰੇ ਸਮੋਰ ਘਟੂ ਹੀ ਆਏ ਆਏ ਚੱਲਣਗੇ, ਕੁੜੀ ਦੇ ਵਿਆਹ ਚ ਫਿਰ ਤੇਰੇ ਮੀਟ ਬਣਾਵਾਂਗੇ ਸੀ। ਆ ਸਾਬਰ ਕਰਦੇ ਆ, ਉਦੋਂ ਬਾਅਦ ਚ ਚੱਲ ਪਿੰਡ ਨੂੰ, ਤੇਰਾ ਮੂੰਹ ਘੁੱਟਦਾ ਦੇਖੀ। ਮੈਂ ਤਾਂ ਕਹਿੰਦੀ ਆ ਕਾਹਨੂੰ ਕਾਹਨੂੰ ਇਹਨਾਂ ਨੂੰ ਤੇਰੀਆਂ ਕਰਤੂਤਾਂ ਦੱਸਣੀਆਂ ਨੇ, ਚੁੱਪ ਕਰਕੇ ਬੰਦਿਆਂ ਵਾਂਗੂ ਬਹਿ ਜਾ। ਮੈਂ ਤੱਕ ਪਿੱਛੋਂ ਕਹਿ ਦਿੰਦੀ ਆ ਤੇਰੀਆਂ ਕਰਤੂਤਾਂ ਕੀ ਕਰਤੂਤਾਂ ਨੇ ਮੇਰੀਆਂ, ਹਾਏ ਮੈਂ।
ਚੁੱਪ ਕਰ ਜਾ ਬੀਬੀ ਆਉਂਦੀ ਆ ਜੇ ਬੀਬੀ ਨੂੰ ਆਪਣੇ ਕੋਲਾਂ ਪਿੱਛੇ ਪਤਾ ਬੀਬੀ ਕੀ ਡੀਓ ਲੱਗੀ ਆ ਹਾਂ ਦਾ ਬਗ ਜਾ ਹੁਣ ਇੱਥੇ ਮੇਰੇ ਸਰਾਣੀ ਖੜਾ ਰਵੇਂਗਾ ਡੰਗਰ ਕਿਸੇ ਦਿਮਾਗ ਦਾ ਮੇਰੇ ਬਗ ਜਾ ਮੈਂ ਬੱਗ ਬੱਗ ਜਾ ਦਫਾ ਹੋ ਉੱਥੋਂ ਕਰਾਉਣਾ ਕੀ ਤੀ ਉਈ ਬੋਲ ਮਰੀਂਗੀ ਖੜੀ ਆ ਜਾ ਛੇਤੀ ਆ ਜਾ ਕੱਲਣੀ ਕੋਈ ਬਾਤ ਨਹੀਂ ਜਾਣ ਹੀ ਨਹੀਂ ਦਿੰਦੀ ਕਿਸੇ ਪਾਸੇ ਮੈਨੂੰ ਉਹ ਕਰ ਲਈ ਖਰੀਦਦਾਰੀ ਸਾਰੀ ਹਾਂ ਖਰੀਦਦਾਰੀ ਤਾਂ ਸਾਰੀ ਕਰ ਲਈ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਦੀ ਸੀ ਮੈਂ ਕਿਹਾ ਬੀਬੀ ਨਾਲੋਂ ਤਾਂ ਦੇਖ ਲਾ ਚਾਚੀ ਹੀ ਵਧੀਆ ਰਹੇ ਪਤਾ ਮੈਨੂੰ 3 ਸੂਟ ਦਵਾਤੇ ਉਹਨਾਂ ਨੇ ਉਹ ਚੱਲ ਵਧੀਆ ਨਾਲੇ ਬੀਬੀ ਨੂੰ ਤੂੰ ਮਾੜਾ ਕਿਉਂ ਕਹਿਣੀ ਹੁੰਦੀ ਆ ਮੇਰੀ ਗੱਲ ਸੁਣ ਬੀਬੀ ਨੇ ਤੈਨੂੰ 20,000 ਰੁਪਇਆ ਦੇ ਤਾਂ ਦਿੱਤਾ ਸੀ ਵੀ ਭਾਈ ਆਪਦਾ ਸੂਟ ਆਪੇ ਲੈ ਲਈ ਤੂੰ ਚਾਚੀ ਕਿਆਂ ਨੂੰ ਕਾਹਨੂੰ ਕਹਿਣਾ ਸੀਗਾ ਉਹ ਤਾਂ ਜੇ ਤੁਸੀਂ ਕਿਹਾ ਸੀਗਾ ਤਾਂ ਬੀਬੀ ਨੇ 20,000 ਦਿੱਤਾ ਸੀ ਨਾਲੇ ਮੈਂ ਕਦੋਂ ਕਿਹਾ ਚਾਚੀ ਹਰਾਂ ਨੂੰ ਚਾਚੀ ਨੇ ਅਮਨ ਨੂੰ ਕਹਿ ਕੇ ਭੇਜਿਆ ਸੀਗਾ ਵੀ ਜਿੰਨੇ ਸੂਟ ਆਪਦੇ ਲਏਗੀ ਉਹਨੇ ਸੋਨੀਆਂ ਨੂੰ ਦਵਾ ਦੀ ਨਾਲ ਲਾਭ ਨੂੰ ਦਵਾ ਦੀ ਉਹ ਫਿਰ ਚਾਚੀ ਵਰਗੇ ਤਾਂ ਸੋਚਦੇ ਨੇ ਉਹਨਾਂ ਨੂੰ ਤਾਂ ਐਂ ਆ ਵੀ ਆਪਣਾ ਸਾਰਾ ਪਰਿਵਾਰ ਇਕੱਠਾ ਰਹੇ ਤੂੰ ਵੀ ਇਹੋ ਜਿਹੀਆਂ ਗੱਲਾਂ ਸੋਚਿਆ ਕਰਨ ਵੀ ਆਪਣਾ ਪਰਿਵਾਰ ਸਾਰਾ ਇਕੱਠਾ ਰਹੇ ਬੀਬੀ ਨਾਲ ਪਿਆਰ ਵਧਾ ਇਕੱਠੇ ਤਾਂ ਹੈਗੇ ਆ ਹੁਣ ਬੀਬੀ ਆਪ ਹੀ ਨਹੀਂ ਲੜਨ ਨੂੰ ਹਟਦੀ ਮੈਂ ਬੀਬੀ ਨੂੰ ਕੀ ਕਹਿੰਦੀ ਹਾਂ ਨਾਲੇ ਮੇਰੀ ਗੱਲ ਸੁਣੋ ਚਾਚੀ ਕਿਆ ਨੇ ਪਤਾ ਮੈਨੂੰ ਇੱਕ ਤਾਂ 8,000 ਦਾ ਸੂਟ ਲੈ ਤਾ ਇੱਕ 5,000 ਦਾ ਅਤੇ ਇੱਕ 11,000 ਦਾ ਅਤੇ ਨਾਲੇ ਤੁਹਾਡਾ ਕੁੜਤਾ ਪਜਾਮਾ ਬਾਹਲਾ ਸੋਹਣਾ ਹੈਗਾ ਮੇਰੇ ਸੂਟ ਨਾਲ ਦਾ ਲੈ ਹਾਂ ਉਹ ਚੱਲ ਵਧੀਆ ਐਂ ਕਰ ਫਿਰ ਜਿਹੜਾ ਬੀਬੀ ਨੇ 20,000 ਰੁਪਇਆ ਦਿੱਤਾ ਸੀਗਾ 15 ਤੈਨੂੰ ਮੈਂ ਦਿੱਤਾ ਸੀਗਾ ਤੇਰੇ ਕੋਲ ਹੋ ਗਿਆ 35,000 ਰੁਪਇਆ ਤੂੰ ਤੂੰ ਬਣਵਾ ਲੈ ਅਸੀਂ ਕਹਿੰਦੀ ਸੀ ਮੈਂ ਤੁਹਾਨੂੰ ਵੀ 35,000 ਤਾਂ ਮੇਰੇ ਕੋਲ ਹੈਗਾ ਜਿਹੜੀ ਉਹ ਵੱਡੀ ਸਾਰੀ ਰਿੰਗਲ ਜੀ ਨਹੀਂ ਹੁੰਦੀ ਵੀ ਉਹ ਬਣਵਾ ਦਿਓ ਨਾਲ ਤਾਂ ਮੇਰੀ ਟੌਹਰ ਬਣ ਜੂਗੀ ਜਿਹੜੀਆਂ ਆ ਵਾਲੀਆਂ ਸਾਂਪਾਂ ਨੇ ਇਹ ਮੈਂ ਇੱਧਰ ਪਾਲੂੰਗੀ ਚੱਲ ਐਂ ਕਰੀ ਇਹਨਾਂ 'ਚੋਂ ਇੱਕ ਸਾਂਪ ਲੱਭ ਉਹਨੂੰ ਦੇ ਦੀ ਵਿਚਾਰੀ ਹੱਥ ਸੱਖਣੇ ਲਈ ਫਿਰਦੀ ਆ ਹਾਂ ਇਹ ਵੀ ਗੱਲ ਤੁਸੀਂ ਠੀਕ ਕਹੀ ਨਾ ਮੈਂ ਵੀ ਤੁਹਾਡੇ ਨਾਲ ਗੱਲ ਕਰਦੀ ਸੀਗੀ ਮੇਰੀ ਗੱਲ ਸੁਣੋ ਆਪਾਂ ਮਾਂ ਨੇ ਆਪਣੇ ਸੈੱਟ ਨਹੀਂ ਬਣਵਾਏ ਸੀ ਮੇਰਾ ਅਤੇ ਲੱਭ ਉਹਦਾ ਇੱਕੋ ਜਿਹਾ ਉਹ ਮਾਂ ਕੋਲ ਹੀ ਪਿਆ ਹੈਗਾ ਆਪਾਂ ਕਹਿ ਕਹਾ ਕੇ ਮਾਂ ਤੋਂ ਦਵਾ ਦਿੰਦੇ ਹਾਂ ਲੱਭ ਨੂੰ ਉਹ ਯਾਰ ਮੇਰੀ ਗੱਲ ਸੁਣ ਜੇ ਤਾਂ ਮਾਂ ਸੈੱਟ ਦਿਊਗੀ ਫਿਰ ਤਾਂ ਠੀਕ ਹੈ ਜੇ ਨਹੀਂ ਦਿੰਦੇ ਚੱਲ ਉਹਨਾਂ ਚਿਰ ਵਿਆਹ 'ਚ ਤਾਂ ਹੁਣ ਕੁੜੀ ਦੀਆਂ ਉਂਗਲਾਂ ਖਾਲੀ ਨੇਗੀਆਂ ਆਹ ਦੋਨੇ ਸਾਂਪਾਂ ਤੂੰ ਉਹਨੂੰ ਦੇ ਦੀ ਤੂੰ ਨਵੀਂ ਪਾਲੀ ਮੇਰੀ ਗੱਲ ਤਾਂ ਮੰਨਣੀ ਨਹੀਂ ਮਾਂ ਨੇ ਜੇ ਤੁਸੀਂ ਕਹੋਗੇ ਵੀ ਮਾਂ ਜਿਹੜਾ ਸੈੱਟ ਬਣਿਆ ਪਿਆ ਉਹ ਲੱਭ ਨੂੰ ਪਾ ਲੈਂਦੇ ਨਾਲੇ ਵਿਆਹ ਦੇਖ ਲਊਗੀ ਫਿਰ ਉਹਨੇ ਕਿਹੜਾ ਲਾਹੁਣ ਹੈਗਾ ਉਹ ਮੈਨੂੰ ਐਂ ਵੀ ਆਪਾਂ ਵਿਆਹ ਸੁੱਖ ਸਾਂਦ ਨਾਲ ਦੇਖ ਲਈਏ ਜੇ ਮੈਂ ਬੀਬੀ ਕੋਲੇ ਆਹ ਗੱਲ ਕਰਤੀ ਨਾ ਦੂਦੂ ਦੂਦੂ ਕਰਕੇ ਮੇਰੇ ਮਗਰ ਪੈ ਜੂ ਤਾਂ ਨਹੀਂ ਮਗਰ ਪੈਂਦੀ ਤੁਸੀਂ ਇੱਕ ਤਾਂ ਡਰਦੇ ਬਾਹਲੇ ਹੋ ਤੁਹਾਡੀ ਗੱਲ ਬੀਬੀ ਕੋਈ ਨਹੀਂ ਮੋੜਦੀ ਤੁਹਾਡੀ ਗੱਲ ਤਾਂ ਮੰਨਦੀ ਹੈ ਤਾਂ ਤੁਹਾਨੂੰ ਕਹਿੰਦੀ ਹਾਂ ਵੀ ਤੁਸੀਂ ਕਹਿ ਦਿਆ ਕਰੋ ਮਾੜਾ ਮੋਟਾ ਓਏ ਮੈਂ ਹੁਣ ਕੀ ਕਹਾਂ ਯਾਰ ਇਹ ਤਾਂ ਹੁਣ ਬੀਬੀ ਨੂੰ ਆਪਣੇ ਆਪ ਨੂੰ ਵੀ ਚਾਹੀਦਾ ਹੈਗਾ ਚੱਲ ਕੋਈ ਨਹੀਂ ਮੈਨੂੰ ਨਾ ਕਹਿੰਦੀ ਸੀ ਲੱਭੋ ਕਹਿੰਦੀ ਭਾਬੀ ਜਿਹੜਾ ਵੱਡਾ ਸੈੱਟ ਹੈ ਉਹ ਤਾਂ ਤੂੰ ਪਾ ਲਈ ਜਿਹੜਾ ਤੇਰੇ ਵਾਲਾ ਛੋਟਾ ਸੈੱਟ ਹੈ ਉਹ ਮੈਨੂੰ ਪਾ ਦੀ ਮੇਰਾ ਵੀ ਮਨ ਜਿਹਾ ਬਾਹਲਾ ਮੱਚਿਆ ਮੈਂ ਲਾ ਦੇਖ ਲੈਣਾ ਵਿਚਾਰੀ ਕੋਲ ਜੇ ਨਹੀਂ ਹੈਗਾ ਤਾਂ ਹੀ ਮੰਗਦੀ ਹੈਗੀ ਫਿਰ ਮੈਂ ਉਹਨੂੰ ਦੱਸਿਆ ਤਾਂ ਹੈ ਨਹੀਂ ਵੀ ਬੀਬੀ ਕੋਲ ਤੇਰਾ ਸੈੱਟ ਬਣਿਆ ਪਿਆ ਹੁਣ ਤੁਸੀਂ ਕਹਿ ਦਿਓ ਚੰਗਾ ਬੀਬੀ ਨੂੰ ਚੱਲ ਕੋਈ ਨਾ ਉਹ ਤਾਂ ਮੈਂ ਬੀਬੀ ਨੂੰ ਕਹਿ ਦੂੰਗਾ ਚੱਲ ਤੂੰ ਆ ਸਾਂਪਾਂ ਵੀ ਉਹਨੂੰ ਦੇ ਦੀ ਚੰਗਾ ਹਾਂ ਕੋਈ ਨਾ ਉਹਨੂੰ ਕਹਿ ਵੀ ਵਿਆਹ ਭਾਈ ਦੇਖ ਲਾ ਤੂੰ ਤੇ ਵੀ ਜੇ ਮੋੜਦੀਆਂ ਹਾਂ ਮੋੜਦੀ ਨਹੀਂ ਨਾ ਸਹੀ ਤੇ ਫਿਰ ਕਦੋਂ ਚੱਲਾਂਗੇ ਆਪਾਂ ਮੇਰੇ ਵਾਲੀ ਸਾਂਪ ਬੰਨ ਨਹੀਂ ਦੇਣ ਉਹ ਬਗ ਚੱਲਾਂਗੇ ਆ ਇੱਕ ਦੋ ਦਿਨ ਰਹਿ ਗਏ ਮੈਨੂੰ ਕਾਰਡ ਕੂਡ ਜੇ ਵੰਡ ਲੈਣ ਦੇ ਉਹ ਚਾਚੇ ਨੂੰ ਵਿਚਾਰੇ ਨੂੰ ਔਖਾ ਕਾਰਡ ਵੰਡਣੇ ਇੱਕ ਤਾਂ ਉਹਦਾ ਪੈਰ ਦੁਖੀ ਜਾਂਦਾ ਹੈਗਾ ਵਿਚਾਰਾ ਲੰਗ ਮਾਰ ਮਾਰ ਜਾਂਦਾ ਉਹਨੂੰ ਆਖਿਆ ਸੀਗਾ ਮੈਂ ਕਿਹਾ ਚਾਚਾ ਮੈਂ ਆਪ ਹੀ ਵੰਡ ਦੂੰਗਾ ਕਾਰਡ ਕਾਰਡਾਂ ਦਾ ਫਿਕਰ ਨਾ ਕਰ ਤੂੰ ਮੁੱਕਰਦੇ ਤਾਂ ਨਹੀਂ ਹੈਗੇ ਉਹ ਨਾ ਹੋਵੋ ਕਿਤੇ ਤੁਸੀਂ ਬਾਅਦ 'ਚ ਮੁੱਕਰ ਜੋ ਓਏ ਨਹੀਂ ਬੁੱਗੇ ਐਂ ਕਿਉਂ ਮੁੱਕਰ ਜੂ ਮੈਂ ਕਮਲਾਂਗਾ ਮੇਕ ਬਾਲੀ ਸੋਹਣੀ ਲੱਗਦੀ ਹੈ ਦੇਖੀ ਉਹ ਨਾ ਸਾਰੀਆਂ ਉਂਗਲਾਂ ਢੱਕੇ ਜਾਂਦੇ ਨੇ ਐਡੀ ਵੱਡੀ ਸ਼ਾਂਪ ਹੁੰਦੀ ਹੈਗੀ ਵਧੀਆ ਤੋਲੇ ਦੀ ਬਣ ਜੂਗੀ ਥੋੜੇ ਜਿਹੇ ਪੈਸੇ ਜਿੰਨੇ ਕੁ ਪਏ ਪਾ ਦਿਓ ਮੰਨ ਵੀ ਆ ਲੱਭ ਉਹਦੇ ਪ੍ਰਾਹੁਣੇ ਦੀ ਪੱਗ ਜੱਡੀ ਰੁਪਈਏ ਕਿਲੋ ਗੋਭੀ ਹੈ ਉਹ ਧਰਤੀ ਫਲਾਨਾ ਫਿਰ ਮੈਂ ਕਹੀ ਦਿੱਤਾ ਮਖਾ ਇਹ ਤਾਂ ਨਾਲੇ ਦੀ ਹੁੰਦੀ ਜਿਹੜੀ ਉਹ ਗੋਭੀ ਇਹਦੇ ਚੱਡੜੇ ਸੁੰਡ ਨੇ ਮਖਾ ਚੱਲ ਕੋਈ ਨਾ ਆਪਣਾ ਪ੍ਰਾਹੁਣਾ ਹੈ ਨਾ ਕਹਿਆ ਕਰੋ ਤੁਸੀਂ ਕੋਈ ਗੱਲ ਨੀ ਫਿਰ ਪਤਾ ਕੱਲ ਨੂੰ ਲਾਭੋ ਨੂੰ ਤਾਣੇ ਮਿਹਣੇ ਦਿਆ ਕਰੂਗਾ ਉਹ ਤਾਨੇ ਮਿਹਣੇ ਕੀ ਦੇਊਗਾ ਜੀ ਖਜਾ ਦਿੰਦਾ ਕੀ ਕਰੀਏ ਉੱਥੇ ਮੈਨੂੰ ਆਖਿਆ ਮਖਾ ਵੀ ਪ੍ਰਾਹੁਣਿਆ ਉਹ ਆਪਣਾ ਰਾਜ ਕਹਿੰਦਾ ਵੀ ਮੈਂ ਉਹਨੂੰ ਆਖਿਆ ਵੀ ਸਮੋਸੇ ਤੇ ਛੋਲੇ ਖਾ ਲਾ ਵੀ ਸਾਰੇ ਖਾਣ ਲੱਗੇ ਆ ਕਹਿੰਦਾ ਲੈ ਪ੍ਰਾਹੁਣਾ ਹੋ ਕੇ ਮੈਂ ਛੋਲੇ ਕੁਲਚੇ ਖਾਊਂਗਾ ਸਮੋਸੇ ਖਾਊਂਗਾ ਲੈ
ਉਵੇਂ ਬੋਲਦਾ ਉਹ ਤਾਂ। ਚੱਲ ਮੈਂ ਵੀ ਉੱਥੇ ਸਗੋਂ ਸਮੋਸਾ ਜਿਹਾ ਖਾ ਲਿਆ, ਛੋਲੇ ਪਾ ਕੇ ਮੇਰਾ ਤਾਂ ਬਾਹਲਾ ਗੱਲ ਦੁਖੀ ਜਾਂਦਾ ਹੈਗਾ। ਤੁਹਾਨੂੰ ਕਿਹਾ ਸੀਗਾ ਵੀ ਹੱਥਾਂ ਨੂੰ ਡਾਕਟਰ ਤੋਂ ਦਵਾਈ ਫੜ ਲਿਆਓ, ਜਿਹੜੀ ਘਰੇ ਇੱਕ ਖੁਰਾਕ ਪਈ ਸੀ ਉਹ ਤਾਂ ਮੈਂ ਖਾ ਲਈ ਸੀ। ਮੇਰੇ ਕੋਲ ਹੈਗਾ ਦਵਾਈ ਇਹਦੀ ਗਲ ਦੀ। ਕਿਉਂ ਤੁਹਾਡੇ ਕੋਲ ਕਿੱਥੋਂ ਆਈ? ਗਲ ਵੱਢਦਾ ਨਾ ਤੇਰਾ। ਦੇਖ ਲੈ ਹੈਂ, ਪਹਿਲਾਂ ਤਾਂ ਇੰਨਾ ਪਿਆਰ ਕਰਦੇ ਸੀ, ਹੁਣ ਆਖੇ ਮੈਂ ਗਲ ਵੱਢ ਦੇਣਾ? ਕੀ ਗੱਲ, ਗਲ ਵੱਢਣ ਵਾਸਤੇ ਲਿਆਂਦਾ? ਹੁਣ ਵੀ ਤਾਂ ਮੈਂ ਤੈਨੂੰ ਪਿਆਰ ਕਰਦਾ ਹੀ ਹਾਂ, ਤੇਰੀਆਂ ਉਹੀ ਗੱਲਾਂ। ਫਿਰ ਦੁੱਧ ਤੂੰ ਨਹੀਂ ਲੈ ਕੇ? ਨਾ ਮੈਂ ਤਾਂ ਉੱਥੇ ਬੈਠ ਕੇ ਆਮਣਾਰਾਂ ਕੋਲ ਬੈਠ ਕੇ ਪੀ ਆਈ ਸੀ। ਲੈ ਆਹ ਕੱਲੀ ਕੱਲੀ ਪੀ ਹੈ, ਆਪਾਂ ਦੋਨੇ ਇਕੱਠੇ ਬਹਿ ਕੇ ਪੀਂਦੇ? ਓਹੋ ਉੱਥੇ ਗੱਲਾਂ ਮਾਰੀ ਜਾਂਦੀਆਂ ਸੀ, ਤੁਹਾਨੂੰ ਪਤਾ ਅੱਗ ਪਈ ਸੀ ਚੁੱਲ੍ਹੇ 'ਚ, ਅਸੀਂ ਨਾਲੇ ਸੇਕੀ ਗਈਆਂ ਨਾਲੇ ਗੱਲਾਂ ਮਾਰੀ ਗਈਆਂ। ਮੈਂ ਕਿਹੜਾ ਮੇਰੇ ਸਾਲੇ ਦੀਆਂ ਮੱਖੀਆਂ ਮਾਰਦਾ, ਮੈਂ ਵੀ ਗੱਲਾਂ ਹੀ ਮਾਰਦਾ ਤੇਰੇ ਨਾਲ। ਚੱਲ ਚੰਗਾ, ਹੋਰ ਹੀ ਪਾਸੇ ਗੱਲ ਲੈ ਜਾਂਦੇ ਨੇ। ਮਸਾਂ ਐਂ ਸੀਗਾ ਵੀ ਚੱਲ ਕੋਈ ਗੱਲ ਨਹੀਂ, ਦੋ ਪਿਆਰ ਦੀਆਂ ਗੱਲਾਂ ਕਰਾਂਗੇ, ਹੋਰ ਹੀ ਗੱਲਾਂ ਲੈ ਕੇ ਬਹਿ ਜਾਂਗੇ। ਚੱਲ ਪੀ ਲਓ ਦੁੱਧ, ਪੈ ਜਾਓ ਹੁਣ। ਚੱਲ ਚੰਗਾ। ਚਾਚੀ ਫਟਾਫਟ ਚੀਰ ਕੇ ਸਬਜ਼ੀ ਬਣਾ ਲਈ ਹੈ ਤੇਰਾ, ਇੰਨੇ ਨੂੰ ਭਾਬੀ ਹੋਰੀ ਆਉਣਗੇ। ਕੋਈ ਨਾ ਪੁੱਤ, ਹੁਣ ਬਣ ਜੂ ਸਬਜ਼ੀ ਦੋ ਮਿੰਟਾਂ 'ਚ। ਇਹਨੂੰ ਕੀ ਲੱਗਦਾ ਪੱਤ ਗੋਭੀ ਨੂੰ ਹੋਰ ਮਾੜੇ ਜਿਹੇ ਸੇਕੇ ਨਾਲ ਬਣ ਜਾਂਦੀ। ਭਾਬੀ ਹੋਲੀ ਆਹ ਲਾਲ ਟਮਾਟਰ ਅਤੇ ਹਰੀਆਂ ਮਿਰਚਾਂ ਚੱਕ ਕੇ ਨਾਲ ਗੰਢੇ ਚੱਕ ਲਿਆ, ਟੋਕਰੀ 'ਚ ਪੈ ਨੇ ਲਿਆਉਣੀਆਂ ਇੱਥੇ ਨਾਲ ਲੱਗ ਲਗਾ ਕੇ। ਹੁਣ ਇੱਕ ਮਿੰਟ 'ਚ ਕੰਮ ਨਿਮੇੜ ਲੈਂਦੇ ਆਪਾਂ ਚੁੱਲ੍ਹੇ ਦਾ ਤਾਂ। ਲੈ ਫੜ ਬਹਿ ਜਾ, ਲਿਆ ਧਰ ਲੈ ਇੱਥੇ, ਪੂਰੇ ਰੱਖ ਦੇ। ਕਰਦਾ ਹੈਗੀ ਹੈ? ਹੈਗੀ ਆ। ਚੱਲ ਫਿਰ ਆ ਤੂੰ ਗੰਢੇ ਚੀਰ ਲੈ। ਆਹ ਬਸ ਦੋ ਕੁ ਮਟਰ ਰਹਿ ਗਏ, ਕੱਢ ਕੇ ਚੀਰ ਦੀਆਂ ਗੰਢੇ ਮੈਂ। ਹੋਰ ਚਾਚੀ ਮੇਰਾ ਤਾਂ ਬਾਲਾ ਮਨ ਦੁਖਿਆ ਪਿਆ ਅੱਜ। ਕੀ ਹੋ ਗਿਆ ਕੁੜੇ? ਆ ਦੇਖ ਲੈ ਬੁੜੀ, ਤੜਕੇ ਇੰਨਾ ਕੁਛ ਬੋਲ ਕੇ ਗਈ ਹੈ ਮੈਨੂੰ। ਕੁੜੇ ਸੁੱਖੀ ਸਾਂਦੀ ਤੁਸੀਂ, ਵਿਆਹ ਦੇ ਦਿਨਾਂ 'ਚ ਕਾਹਨੂੰ ਕਲੇਸ਼ ਪਾਉਣੀਆਂ ਹੁੰਦੀਆਂ ਸੋਹਣੀਆਂ? ਕਲੇਸ਼ ਮੈਂ ਪਾਉਂਦੀ ਹਾਂ? ਕਲੇਸ਼ ਤਾਂ ਉਹ ਪਾਉਂਦੀ ਹੈਗੀ ਹੁਣ ਜਦੋਂ ਮੈਨੂੰ ਐਂ ਸੀ ਚਾਚੀ ਵੀ ਜਾਣਾ ਹੀ ਜਾਣਾ ਪਿੰਡ ਤਾਂ, ਹਨਾ ਡੱਬੇ ਦੇਣ ਕਾਰਡ ਦੇਣ, ਤੇ ਮੈਂ ਐਂ ਕਹਿਤਾ। ਮੈਂ ਕਿਹਾ ਮਾਂ ਚੱਲ ਕੋਈ ਨਾ ਤੂੰ ਜਾਏਂਗੀ ਤਾਂ ਹੈਗੀ ਵੀ, ਜਦੋਂ ਤੂੰ ਆ ਗਈ ਤੇ ਮੈਂ ਤਾਂ ਕਰਮਾ ਮੇਰੇ ਤਾਏ ਦੀ ਕੁੜੀ ਨੂੰ ਵੀ ਕਾਰਡ ਦੇ ਆਵਾਂਗੇ ਵੀ, ਹੋਰ ਤਾਂ ਚੱਲ ਮੇਰੇ ਨਾਲ ਕੋਈ ਵਰਤਦਾ ਨਹੀਂ ਹੈਗਾ ਵੀ, ਉਹ ਤਾਂ ਹੁੰਦੀ ਜਾਂਦੀ ਹੈ। ਗੱਲ ਸੱਚੀ ਹੈ ਤੇ ਇੰਨਾ ਕੁਛ ਬੋਲ ਕੇ ਇੰਨਾ ਕੁਛ ਸੁਣਾ ਕੇ ਗਈ ਹੈ। ਲੈ ਦੱਸ ਕੁੜੇ ਫੇਰ ਕੀ ਹੋ ਗਿਆ ਸੀ ਸੋਨੀਆ, ਉਹਦੇ ਨਾਲ ਕੀ ਭੀੜ ਹੁੰਦੀ ਹੈ? ਹੈਂ ਦੱਸ ਪੁੱਤ ਮੇਰੀ ਗੱਲ ਸੁਣ, ਤੂੰ ਕਾਰਡ ਦੇ ਆਈ ਕੋਈ ਨਾ, ਉਹਦਾ ਤਾਂ ਸਵਾਹ ਹੀ ਹੈ ਮਤਾ ਹੀ ਹੈ, ਤੈਨੂੰ ਪਤਾ ਹੈ ਪਹਿਲੇ ਦਿੰਦੀ ਇਹੋ ਜਿਹੀ ਹੈ ਉਹ। ਨਹੀਂ ਭਾਬੀ ਮੇਰੀ ਗੱਲ ਸੁਣ, ਜੇ ਤੈਨੂੰ ਪਤਾ ਸੀ ਤੇ ਵਿਆਹ ਦਾ ਕਾਰਡ ਦੇ ਕੇ ਆਉਣਾ, ਫਿਰ ਤੂੰ ਉਹਦੇ ਕਿਹੜਾ ਸਾਈਨ ਕਰਾਉਣੇ ਨੇ? ਉਹ ਚਾਹੇ ਆਵੇ ਚਾਹੇ ਨਾ ਆਵੇ, ਤੂੰ ਹੱਥ ਨੇ ਕਾਰਡ ਫੜਾਏ। ਪਰ ਊਂ ਵੀ ਤਾਂ ਕਹਿ ਸਕਦੀ ਹੈ ਵੀ ਚੱਲ ਕੋਈ ਨਹੀਂ ਭਾਈ, ਸਾਰੇ ਵਿਆਹ 'ਚ ਆਉਣਗੇ, ਜੇ ਕੋਈ ਤੇਰੇ ਪੇਕਿਆਂ ਵੱਲੋਂ ਆਜੂਗਾ ਚੱਲ ਵਧੀਆ ਹੈਗਾ, ਸਗੋਂ ਸੌ ਸੌ ਗੱਲਾਂ ਸੁਣਾਉਂਦੀ ਹੈਗੀ। ਕੀ ਗੱਲ, ਹੁਣ ਮੈਂ ਦੱਸ ਕੀ ਕਰਾਂ? ਕੋਈ ਨਾ ਪੁੱਤ ਮੇਰੀ ਗੱਲ ਸੁਣ, ਅਸੀਂ ਆ ਕੇ ਸਿਆਣਿਆਂ ਦੇ ਹੁੰਦੇ ਵਰਤਦੇ ਵਰਤਣ ਲੱਗ ਜਾਂਦੇ ਨੇ, ਆਪਾਂ ਕਿਹੜਾ ਵਰਤਣ ਨਹੀਂ ਲੱਗੇ ਕੁੜੀ ਨਾਲ, ਹੈਂ ਜੇ ਚੱਲ ਆਪਾਂ ਵਿਆਹ ਸਾਹੇ ਸੱਦ ਲਾਂਗੇ ਹੁਣ, ਚੱਲ ਤੇਰੇ ਤਾਏ ਦੀ ਧੀ ਆਜੂ, ਕੱਲ੍ਹ ਨੂੰ ਕਿਸੇ ਹੋਰ ਵਿਆਹ 'ਤੇ ਭਾਈ ਤੇਰੇ ਪੇਕਿਆਂ ਨੂੰ ਵੀ ਸੱਦ ਲਾਂਗੇ, ਹੈਂ ਆ ਜਾਣਗੇ ਵਰਤਣ ਲੱਗ ਜਾਣਗੇ। ਕੋਈ ਗੱਲ ਨਹੀਂ, ਅੱਜ ਨਾ ਸਹੀ ਸਵੇਰ ਵਗ ਜੀ, ਤੂੰ ਵਗ ਜੀ ਕਾਰਡ ਦੇ ਆਈ, ਜਦੋਂ ਆਪਾਂ ਇੰਨਾ ਇਕੱਠ ਵੱਠ ਕਰਾਂਗੇ ਤੇ ਉਹਦੇ ਨਾਲ ਕੀ ਆਪਣੇ ਭੀੜ ਹੁੰਦੀ ਹੈ ਕੁੜੇ? ਉਹੀ ਤਾਂ ਗੱਲ ਹੈ, ਹੁਣ ਮੈਂ ਕਿਹਾ ਨਾਲੇ ਮੈਂ ਤਾਂ ਸਹਿ ਸੁਭਾ ਕੀ ਗੱਲ ਕਰੀ ਸੀਗੀ, ਮੈਂ ਕਿਹਾ ਮੈਂ ਚੱਲ ਕੋਈ ਨਹੀਂ ਹੁਣ ਤੂੰ ਡੱਬੇ ਤਾਂ ਦੇਣ ਜਾਂਦੀ ਹੈ ਪਿੰਡ ਵੀ, ਚੱਲ ਕੋਈ ਨਹੀਂ ਤੇਰੇ ਆਏ ਤਾਂ ਮੈਂ ਤਾਂ ਕਰਮਾ ਵਗ ਜਾਊਂਗੇ। ਨਾ ਨਾ ਬਾਈ, ਤੈਨੂੰ ਪਤਾ ਹੈਗਾ ਕਿੰਨੀਆਂ ਗੱਲਾਂ ਸੁਣਾਉਂਦੀ ਹੈ ਉਹ ਵੀ ਕੁਛ ਬੋਲਦੀ ਹੈ, ਜਿਹੜਾ ਕੁਛ ਨਾ ਬੋਲਣਾ ਹੋਵੇ ਉਹੀ ਫਿਰ ਚਿੱਤ ਖਜਿਆ ਦਿੰਦੀ ਹੈ। ਬਾਗੀ ਮਾਂ ਹੁਣ ਬਾਗੀ ਆ ਉਹ, ਪਰ ਮੈਨੂੰ ਕਹਾਂ ਬੋਲਦੀ ਆ ਗੁੱਸੇ 'ਚ, ਤੈਨੂੰ ਤੈਨੂੰ ਕਹਿਤਾ ਵੀ ਭਾਈ ਕਾਰਡ ਦੇਣ ਜਾਣਾ ਤੂੰ ਬਾਗ ਜੀ, ਉਈ ਕਿਉਂ ਮੂੰਹ ਜਿਹਾ ਡੇਗੀ ਬੈਠੀ ਆ? ਨਾਲੇ ਮੇਰੀ ਗੱਲ ਸੁਣ ਲਾ, ਹੈਂ ਬਿਹਾਰਾਂ ਦੇ ਦਿਨ ਨੇ ਉਈ ਨਾ ਮੈਂ ਘਰੇ ਕਲੇਸ਼ ਪਾਇਆ ਕਰੋ ਭੜੀ। ਫਿਰ ਵੱਡੀ ਉਹ ਹੈ ਕਿ ਮੈਂ ਆ, ਉਹਨੂੰ ਨਹੀਂ ਸਮਝ ਆਏਗੀ? ਮੈਨੂੰ ਐਂ ਦੱਸ ਭਾਬੀ, ਉਹ ਕਦੇ ਸੁਧਰੀ ਆ ਭੜੀ? ਉਹ ਤਾਂ ਆਪਾਂ ਨੂੰ ਹਰ ਟਾਈਮ ਐਂ ਬੋਲਦੀ ਹੈਗੀ ਆ, ਜਿਹੜਾ ਹੁਣ ਤੂੰ ਉਹਦੀ ਗੱਲ ਦਾ ਗੁੱਸਾ ਕਦੀ ਬੈਠੀ ਹੈਗੀ। ਨਹੀਂ ਚੱਲ ਕੋਈ ਨਾ, ਉਹਦਾ ਸੁਭਾਅ ਹੀ ਹੈ ਵੱਡੇ ਬੰਦੇ ਦਾ, ਮਤਾ ਐਂ ਹੋ ਜਾਂਦਾ ਜਿਉਂ ਜਿਉਂ ਵੱਡੀ ਉਮਰ ਹੋਈ ਜਾਂਦੀ ਹੈ, ਜਿਉਂ ਜਿਉਂ ਉਹ ਜ਼ਿਆਦੇ ਤਿੜਕੀ ਜਾਂਦੀ ਹੈ, ਪਤਾ ਹੈ ਮੈਨੂੰ ਉਹਦਾ, ਤੇ ਪਰ ਉਹਦੇ ਦਿਲ 'ਚ ਨਹੀਂ ਹੈਗਾ ਪੁੰਨ ਪਾਪ। ਕੋਈ ਨਾ, ਤੈਨੂੰ ਚਾਚੀ ਨੇ ਕਹੀ ਦਿੱਤਾ ਵੀ ਕਾਰਡ ਭਾਈ ਦੇ ਆਈ, ਤੂੰ ਦੇ ਆਈ ਫਿਰ। ਚਾਚੀ ਗੁੱਸਾ ਤਾਂ ਹੁੰਦਾ ਹੀ ਹੈ, ਹੁਣ ਜੇ ਮੈਂ ਕੋਈ ਚੱਜ ਦਾ ਕੰਮ ਕਰਿਆ ਹੁੰਦਾ ਮੇਰੇ ਪੇਕੇ ਮੇਰੇ ਨਾਲ ਵਰਤਦੇ, ਹੈਂ
ਮੈਂ ਜਦੋਂ ਉਹਨਾਂ ਦਾ ਕਾਲਾ ਮੂੰਹ ਕਰਾ ਰੱਖਿਆ ਉਹ ਨਹੀਂ ਵਰਤਦੇ, ਹੁਣ ਜਿਹੜਾ ਕੋਈ ਇੱਕ ਜਣਾ ਵਰਤਦਾ ਮੈਨੂੰ ਵੀ ਐਂ ਹੁੰਦਾ ਚੱਲ ਕੋਈ ਨਹੀਂ ਮੇਰੇ ਪੇਕਿਆਂ 'ਚੋਂ ਵੀ ਕੋਈ ਆ ਜੇ ਮੇਰਾ ਮਨ ਵੀ ਹੋਰ ਹੋ ਜੂਗਾ। ਚੱਲ ਕੋਈ ਨਾ ਪੁੱਤ, ਤੈਨੂੰ ਕਹੀ ਤਾਂ ਜਾਂਦੀ ਆ ਲੱਗ ਜਾਣਗੇ ਵਰਤਣ, ਕਾਲੇ ਮੂੰਹ ਵਾਲੀ ਕਿਹੜੀ ਗੱਲ ਹੈ ਧੀਏ, ਸੰਜੋਗ ਹੁੰਦੇ ਨੇ ਇਹ ਆਪਣੀ ਕਿਸਮਤ ਤੇ। ਭਾਬੀ ਆਪਣੇ ਗੱਲਾਂ ਸੁਣਨੀਆਂ ਤੀ, ਤੂੰ ਹੀ ਨਾ ਬਾਲੀ ਟੈਨਸ਼ਨ ਲਿਆ ਕਰ, ਨਾਲੇ ਮੈਂ ਇੰਨੀ ਖੁਸ਼ ਸੀਗੀ ਦੇਖ ਲੈ ਕੱਪੜੇ ਲੀੜੇ ਤੇ, ਹੁਣ ਤੂੰ ਐਂ ਕਰ ਤੂੰ ਕੰਮ ਕਰਾ ਮੇਰੇ ਨਾਲ, ਆਪਾਂ ਰੋਟੀ ਸਬਜ਼ੀ ਬਣਾ ਲਈਏ ਜਦੋਂ ਉਹ ਆਊਗੀ ਅਮਨ, ਉਹ ਗਈ ਹੋਈ ਆ ਬਾਹਰੇ। ਕਿੱਥੇ ਜਾ ਰਹੀ ਆ ਉਹ? ਉਹ ਗੁਰਦੁਆਰੇ ਬਾਗੀ ਪੁੱਤ, ਉਹ ਨਾ ਡੱਬੇ ਲਿਆਂਦੇ ਸੀਗੇ ਕਾਰਡਾਂ ਨਾਲ ਦੇਣ ਵਾਸਤੇ ਇਹਨੂੰ ਕਿਸੇ ਰਿਸ਼ਤੇਦਾਰ ਕੋਈ ਜਿਹੜਾ ਰਹਿ ਗਿਆ, ਤੇ ਮੈਂ ਆਖਿਆ ਪੁੱਤ ਨਾਲੇ ਤਾਂ ਡੱਬਾ ਚੜਾਇਓ ਗੁਰੂ ਘਰ, ਨਾਲੇ ਬਾਬੇ ਨੂੰ ਤਰੀਕ ਲਿਖਾਏ ਆਉਣਗੇ ਨੰਦਾਂ ਦੀ, ਟਾਈਮ ਟੂਮ ਲਿਖਾਏ ਆਉਣਗੇ ਵੀ ਇੰਨੇ ਕੁ ਟਾਈਮ ਤੇ ਬਾਬਾ ਜੀ ਅਸੀਂ ਨੰਦ ਕਰਾ ਕੇ ਲਿਜਾਵਾਂਗੇ। ਅੱਛਾ, ਕਿਉਂ ਫਿਰ ਤੈਨੂੰ ਪਤਾ ਹੈ ਟਾਈਮ ਤਾਂ ਪਹਿਲਾਂ ਹੀ ਦੇਣਾ ਪੈਂਦਾ ਨਾ ਬਾਬੇ ਨੂੰ, ਦੱਸਣਾ ਪੈਂਦਾ ਉਸ ਟਾਈਮ ਤੇ ਬਾਬਾ ਫ੍ਰੀ ਹੋਊਗਾ, ਤੇ ਨਾਲੇ ਮਹਾਂ ਡੱਬਾ ਚੜਾਇਓ ਮੱਥਾ ਟੇਕ ਆਓ ਪੁੱਤ। ਚੱਲ ਕਹਿੰਦੀ ਮਾਂ ਚੰਗਾ ਵਗ ਜਾਂਦੇ ਆ, ਉਹ ਤਾਂ ਆਉਣ ਵਾਲੇ ਹੋਣਗੇ ਪੁੱਤ, ਗੁਰੂ ਘਰ ਗਏ ਕੋਈ ਨਾ, ਤੂੰ ਆਥਣੇ ਮੈਂ ਕਹਿ ਦਾਂਗੇ। ਨਾਲ ਮੇਰੀ ਗੱਲ ਸੁਣ ਚਾਚੀ, ਤੂੰ ਕਹਿੰਦੀ ਕਰ ਮੈਨੂੰ ਇਹਦੇ ਨਾਲ ਵਗ ਜੂਗਾ, ਫਿਰ ਐਵੇਂ ਕਿਤੇ ਉਹ ਵੀ ਬੋਲਣ ਲੱਗ ਜੇ। ਨਹੀਂ ਉਹ ਤਾਂ ਕੁਛ ਨਹੀਂ ਬੋਲਦਾ, ਉਹ ਤਾਂ ਵਗ ਜੂਗਾ, ਆ ਤੇਰੀ ਮਾਂ ਹੀ ਹੈਗੀ। ਨਹੀਂ ਪਤਾ ਹੀ ਆ ਮੇਰੀ ਮਾਂ ਦੇ ਸੁਭਾਅ ਦਾ, ਤੂੰ ਤਾਂ ਆਪ ਫਿਰ ਉਹਦੇ ਕੋਲੇ ਗੱਲ ਕਰਨ ਬਹਿ ਜਾਣੀ ਆ, ਜਦੋਂ ਤੈਨੂੰ ਪਤਾ ਤਾਂ ਹੈਗਾ ਵੀ ਉਹ ਕਿਸੇ ਹਾਂ ਕੰਮ 'ਚ ਹਾਮੀ ਨਹੀਂ ਭਰਦੀ ਹੈਗੀ। ਮੈਨੂੰ ਤਾਂ ਐਂ ਸੀ ਲੈ ਕਿੰਨੇ ਦਿਨ ਹੋ ਗਏ ਵਧੀਆ ਬੋਲਦੀ ਹੈਗੀ, ਮੈਂ ਤਾਂ ਹੁਣ ਮਾਂ ਸਮਝ ਕੇ ਚੱਲ ਤਾਂ ਗੱਲ ਕਰੀ ਸੀ ਵੀ ਚੱਲ ਕੋਈ ਨਹੀਂ ਕਹਿ ਦੂਗੀ ਵੀ ਬਗ ਜੀ ਪੁੱਤ ਕੋਈ ਗੱਲ ਨਹੀਂ, ਉਹ ਤੈਨੂੰ ਪਤਾ ਕਿਹੜੇ ਪੁੱਤ ਉਹ ਤਾਂ ਪੁੱਛਣਾ ਲਾਇਕ ਨਹੀਂ ਹੈਗੀ, ਉਹ ਆਪਾਂ ਨੂੰ ਤਾਂ ਖਾਉ ਵੱਡੂ ਕਰਦੀ ਹੁੰਦੀ ਆ ਉਹ, ਤੂੰ ਨਾ ਬੁਲਾਇਆ ਕਰ ਉਹਨੂੰ। ਲੈ ਚੱਲ ਛੇ ਛੇਤੀ ਕੱਟ ਦੇ, ਮੈਂ ਨਾ ਤੜਕਾ ਲਾ ਦਾ ਫਿਰ, ਰੋਟੀਆਂ ਤੂੰ ਲਾ ਲਈ। ਆਹੋ ਮੈਂ ਲਾ ਲੂੰ ਰੋਟੀਆਂ ਦਾ। ਹੇ ਸੱਚਿਆ ਪਾਤਸ਼ਾਹ, ਮੇਰੀ ਭੈਣ ਦੇ ਸਾਰੇ ਕਾਰਜ ਵਿਹਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ, ਸਤਨਾਮ ਸ਼੍ਰੀ ਵਾਹਿਗੁਰੂ। ਸਹੀ ਗੱਲ, ਚੱਲ ਵਧੀਆ ਹੋ ਗਿਆ, ਨਾ ਤਾਂ ਆਨੰਦ ਕਾਰਜਾਂ ਦੇ ਗੇਟ ਲਿਖਿਆ ਹੋਇਆ ਆਪਾਂ ਬਾਬੇ ਨੂੰ, ਅਤੇ ਨਾਲੇ ਚੱਲ ਮਾਂ ਨੇ ਮਠਿਆਈ ਕੱਢ ਕੇ ਰੱਖੀ ਸੀ ਗੁਰਦੁਆਰਾ ਸਾਹਿਬ ਵਾਸਤੇ ਅਤੇ ਉਹ ਚੜ੍ਹਾਤੀ ਆਪਾਂ। ਹਾਂ ਬਹੁਤ ਸੋਹਣੀ ਗੱਲ ਹੋ ਗਈ, ਸਤਨਾਮ ਸ਼੍ਰੀ ਵਾਹਿਗੁਰੂ, ਆਪਾਂ ਮਿਹਰ ਬਣਾਈ ਰੱਖੀ ਸਾਰੇ ਪਰਿਵਾਰ 'ਤੇ। ਹਾਂ ਅਮਨ, ਹਾਂਜੀ, ਤੈਨੂੰ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀ। ਕੀ? ਉਹ ਸਵੇਰੇ ਆਇਆ ਸੀ ਪ੍ਰੀਤੋ ਭੂਆ ਦਾ ਫੋਨ। ਅੱਛਾ ਅੱਛਾ, ਕੀ ਕਹਿੰਦੇ ਸੀ ਭੂਆ ਜੀ? ਭੂਆ ਅੱਜ ਆਊਗੀ। ਚੱਲ ਆ ਤਾਂ ਬਾਹਲਾ ਵਧੀਆ ਹੋ ਗਿਆ, ਭੂਆ ਜੀ ਆ ਜਾਣਗੇ, ਨਾਲੇ ਜਿਹੜੇ ਮਾੜੇ ਮੋਟੇ ਕੰਮ ਜੇ ਪਏ ਨੇ ਆ ਕੇ ਨਾਲ ਕਰਾ ਦੇਣਗੇ, ਤੈਨੂੰ ਪਤਾ ਕੰਮ ਧੰਦਿਆਂ 'ਚ ਟਾਈਮ ਹੀ ਲੱਗਦਾ, ਸਾਰੀਆਂ ਪਰਚੀਆਂ ਪੁਰਚੀਆਂ ਪਾਉਣ ਵਾਲੀਆਂ ਪਈਆਂ ਨੇ। ਉਹ ਗੱਲ ਤਾਂ ਠੀਕ ਹੈ ਤੇਰੀ, ਭੂਆ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰ ਲੈਂਦੀ ਹੈ, ਤੈਨੂੰ ਪਤਾ ਬੁੜੀਆਂ ਦਾ ਕੱਪੜੇ ਲੀੜੇ ਪਿੱਛੇ ਹੀ ਕਲੇਸ਼ ਪੈਂਦਾ ਹੁੰਦਾ, ਅਤੇ ਇਹ ਗੱਲ ਦਾ ਤੂੰ ਖਿਆਲ ਰੱਖਣਾ, ਇਸ ਵਾਰ ਕੋਈ ਵੀ ਬੰਦਾ ਰੁੱਸ ਕੇ ਨਾ ਜਾਵੇ। ਤੁਸੀਂ ਜਮਾਂ ਫਿਕਰ ਨਾ ਕਰੋ, ਮਾਂ ਨੇ ਮੈਨੂੰ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਵੀ ਪੁੱਤ ਲੀੜੇ ਕੱਪੜੇ ਦੀ ਜ਼ਿੰਮੇਵਾਰੀ ਤੇਰੀ ਹੈ, ਜਿਹੋ ਜਿਹਾ ਮੈਂ ਮਾਂ ਦਾ ਸੂਟ ਲਿਆਂਦਾ ਇਦੂ 200 ਰੁਪਇਆ ਵੱਧ ਲਾ ਕੇ ਭੂਆ ਵਰਗਿਆਂ ਦੇ ਸੂਟ ਖਰੀਦੇ ਨੇਗੇ। ਮੈਨੂੰ ਪਤਾ ਹੁੰਦਾ ਪ੍ਰੀਤੋ ਭੂਆ ਨੂੰ ਤਾਂ ਹੁੰਦਾ ਵੀ ਆਪਦੀ ਮਾਂ ਦਾ ਮਹਿੰਗਾ ਲਿਆ ਤਾ ਅਤੇ ਮੇਰਾ ਸਸਤਾ ਲਿਆ ਤਾ, ਨਾਲੇ ਉਹ ਵੀ ਇਸ ਘਰ ਦੀਆਂ ਕੁੜੀਆਂ ਨੇ। ਤੁਸੀਂ ਜਮੇ ਹੀ ਕਿਸੇ ਗੱਲ ਦੀ ਚਿੰਤਾ ਨਾ ਕਰੋ, ਦੋ ਦੋ ਸੂਟ ਲਿਆਂਦੇ ਨੇ ਭੂਆ ਵਰਗਿਆਂ ਦੇ, ਇੱਕ ਇੱਕ ਤਾਂ ਮੈਂ ਸਿਉਣੇ ਵੀ ਦੇਤਾ, ਐਤਕੀ ਨਹੀਂ ਮੈਂ ਕਿਸੇ ਨੂੰ ਸੂਟਾਂ ਪਿੱਛੇ ਗੁੱਸੇ ਹੋਣ ਦਿੰਦੀ। ਚੱਲ ਬਸ ਠੀਕ ਹੈ, ਮੈਨੂੰ ਇਹੀ ਚੀਜ਼ ਸੀ। ਹੋਰ ਭੂਆ ਤਾਂ ਐਤਕੀ ਦੇਖੀ ਸਹੀ ਫੁੱਲ ਵਾਂਗੂ ਖਿੜ ਕੇ ਜਾਊਗੀ। ਚੱਲ ਬਹੁਤ ਚੰਗੀ ਗੱਲ ਹੈ। ਆ ਲਓ ਬਾਪੂ ਜੀ ਪ੍ਰਸ਼ਾਦ ਲੈ ਲਓ। ਲਿਆਓ ਭਾਈ। ਬਾਈ ਜਾਇਆ ਗੁਰਦੁਆਰੇ? ਹਾਂ ਬਾਪੂ ਜੀ ਜਾਇਆ। ਚੱਲ ਵਧੀਆ ਕੀਤਾ, ਉਹ ਛੇਰਾ ਐਂ ਕਰ ਭਾਈ,
ਉਹ ਜਾ ਕੇ ਨਾ ਰੋਟੀ ਤਿਆਰ ਕਰਾ, ਉੱਥੇ ਠੁੰਗਾ ਮਾਰੀਆਂ ਨੇ ਸਹੁਰੀਆਂ, ਕਿਹੜਾ ਟਾਈਮ ਹੋ ਗਿਆ, ਹਜੇ ਬਣਾਈ ਨਹੀਂ ਰੋਟੀ ਉਹਨਾਂ ਨੇ, ਕਿੱਥੋਂ ਬਣਾਈ ਆ ਭਾਈ? ਬਸ ਕੋਈ ਨਹੀਂ ਬਾਪੂ ਜੀ ਬਣਾਉਣੇ ਫਿਰ। ਹਾਂ ਬਣਾ ਲੈ। ਤੇ ਰਾਜ ਮੈਂ ਤੈਨੂੰ ਐਂ ਪੁੱਛਦਾ ਸ਼ੀਰਾ, ਹਾਂ ਬਾਪੂ ਜੀ, ਆਪਣਾ ਕਾਰਡ ਵਾਲਾ ਕੰਮ ਸਾਰਾ ਨਿਮੇੜਤਾ ਗੌਰ ਨਾਲ? ਹਾਂ ਬਾਪੂ ਜੀ, ਇੱਕ ਵਾਰੀ ਤਾਂ ਸਾਰੇ ਕਾਰਡ ਘਰੋਂ ਘਰੀ ਪਹੁੰਚਾ ਤੇ, ਬਾਕੀ ਜੇ ਕੋਈ ਰਹਿ ਗਿਆ ਤਾਂ ਤੁਸੀਂ ਯਾਦ ਕਰ ਲਓ। ਮੇਰੇ ਹਿਸਾਬ ਨਾਲ ਤਾਂ ਕੋਈ ਰਿਹਾ ਨਹੀਂ ਭਾਈ, ਮੈਂ ਆਪ ਵੀ ਆਪਦੇ ਯਾਰ ਮਿੱਤਰਾਂ ਨੂੰ ਫੜਾਇਆ ਸੀ, ਬਾਕੀ ਕਰਮਾਂ ਵੀ ਗਿਆ ਸੀ। ਹਾਂ ਉਹ ਸੱਚ ਭਾਈ, ਮੇਰੇ ਤਾਂ ਹੁਣ ਬੜੀਆ ਦਿਮਾਗ 'ਚ ਉਹ ਢਾਣੀ ਵਾਲਾ ਤਾਰਾ ਨੰਬਰਦਾਰ ਰਹਿ ਗਿਆ ਭਾਈ ਰਾਜ, ਜਾਂ ਭੱਜ ਕੇ ਕਾਰਡ ਲੈ ਕੇ ਅੰਦਰੋਂ ਭਾਈ ਉਹਨੂੰ ਸਪੈਸ਼ਲ ਜਾ ਕੇ ਫੜਾ ਕੇ ਆ। ਗੱਲ ਕਹਿੰਦੇ ਸਾਡੇ ਤੂੰ ਧਿਆਨ 'ਚ ਸੀ, ਅਸੀਂ ਆਖਿਆ ਕੋਈ ਨਹੀਂ ਸਪੈਸ਼ਲ ਆਇਆ, ਕਹਿੰਦੇ ਐਂ ਆਹ ਗੱਲ ਕਹੀ ਅਗਲੇ ਨੂੰ। ਕੋਈ ਗੱਲ ਨਹੀਂ ਬਾਪੂ ਜੀ, ਚਾਚਾ ਜੀ ਤਾਂ ਨਾਲੇ ਹੈ ਵੀ ਬਾਹਲੇ ਹਰਖੀ, ਉਹ ਤਾਂ ਆਪਣੇ 'ਤੇ ਗੁੱਸਾ ਵੀ ਬਾਹਲਾ ਕਰਨਗੇ, ਉਹ ਤਾਂ ਤੁਹਾਡੇ ਜਿਗਰੀ ਯਾਰ ਨੇ, ਉਹਨਾਂ ਦੇ ਘਰੇ ਤਾਂ ਕਾਰਡ ਆਪਾਂ ਪਹੁੰਚਾ ਕੇ ਆਵਾਂਗੇ। ਤੂੰ ਉਹਨੂੰ ਇੱਕ ਗੱਲ ਹੋਰ ਕਹੀ, ਕਹਿੰਦੇ ਆਉਣਾ ਤਾਂ ਮੇਰੇ ਬਾਪੂ ਨੇ ਸੀ, ਠੀਕ ਹੈ, ਕੰਮ ਧੰਦੇ ਜੇ ਲੋਟ ਨਹੀਂ ਆਏ, ਕਹਿੰਦੇ ਉਹਨੇ ਆਖਿਆ ਮੈਂ ਫੜਾ ਕੇ, ਉਹ ਤੋਂ ਆਏ ਨਹੀਂ ਗਿਆ, ਤਾਂ ਹੀ ਤੁਹਾਡਾ ਘਰ ਰਹਿ ਗਿਆ। ਕੋਈ ਗੱਲ ਨਹੀਂ, ਨਾਲ ਗੱਲ ਕਹਿ ਦੀ ਸਿਰਾ। ਠੀਕ ਹੈ ਬਾਪੂ, ਮੈਂ ਇਹ ਕਰਦਾ, ਮੈਂ ਰੋਟੀ ਆ ਕੇ ਖਾਊਂਗਾ, ਪਹਿਲਾਂ ਮੈਂ ਉਹਨਾਂ ਦੇ ਘਰੇ ਕਾਰਡ ਫੜਾ ਹੀ ਜਾਵਾਂ। ਹਾਂ ਫੜਾ ਕੇ ਸਿਰ ਬਣ ਕੇ ਜਾ। ਠੀਕ ਹੈ ਬਾਪੂ ਜੀ, ਹੋਰ ਤਾਂ ਨਹੀਂ ਦੇਖ ਲਓ ਫਿਰ, ਜੇ ਮੈਂ ਉੱਧਰ ਜਾਊਂਗਾ ਤਾਂ ਸਹੀ ਕੋਈ? ਨਾ ਨਾ, ਹੋਰ ਤਾਂ ਮੈਂ ਨਿਮੇੜਿਆ ਕੰਮ, ਬਸ ਉਹੀ ਰਹਿ ਗਿਆ, ਉਹਦੇ ਉਹ ਦੂਰ ਸੀ ਘਰ ਥੋੜ੍ਹਾ ਜਿਹਾ ਉਹਨਾਂ ਦਾ, ਮੈਂ ਆਖਿਆ ਚੱਲ ਫੇਰ ਆਊਂਗਾ, ਮੁੜ ਕੇ ਮੇਰੇ ਤਾਂ ਦਿਮਾਗ 'ਚ ਨਿਕਲ ਗਈ ਗੱਲ। ਠੀਕ ਹੈ ਜੀ, ਠੀਕ ਹੈ, ਮੈਂ ਜਾਣਾ। ਹੋਰ ਮੁੜ ਕੇ ਬੰਦਾ ਗੁੱਸਾ ਕਰਦਾ, ਅਗਲਾ ਕਹਿੰਦਾ ਲੈ ਸਾਡਾ ਘਰ ਹੀ ਛੱਡਤਾ। ਲੈ ਭਾਬੀ ਫੜਾ ਕੇ ਰੋਟੀ। ਹਾਂ ਲੈ ਲੈ ਹੋਰ ਖਵਾ ਦੋ ਕੇਰਾ ਫਟਾਫਟ ਸਾਰਿਆਂ ਨੂੰ। ਲੈ ਭਾਬੀ ਖਾਣਾ ਦੇਈ ਜਾਂਦਾ ਸੀ ਉਦੋਂ। ਲੈ ਚਾਚੇ ਨੂੰ ਕਹੀ ਤਾਂ ਜਾਂਦੇ ਸੀ, ਵੈਸੇ ਵੀ ਲੱਗਦੇ ਆ ਰੋਟੀ, ਚਾਚਾ ਵੀ ਮਿੰਟ 'ਚ ਹੀ ਤਪ ਜਾਂਦਾ ਫਿਰ। ਉਹ ਤਪ ਜਾਂਦਾ ਨਹੀਂ, ਉਹ ਕਹਿੰਦਾ ਭਾਈ ਕੰਮ ਧੰਦੇ ਜਾਣਾ ਹੁੰਦਾ, ਫਿਰ ਬਾਹਲਾ ਟਾਈਮ ਲਾ ਦਿੰਦੀ, ਉਹ ਕਹਿੰਦਾ ਤੁਸੀਂ ਰੋਟੀ 'ਤੇ। ਉਹ ਚੀਰਨ 'ਤੇ ਟਾਈਮ ਲੱਗ ਗਿਆ, ਉਹ ਬਣਾਉਣ 'ਤੇ ਤਾਂ ਟਾਈਮ ਨਹੀਂ ਲੱਗਿਆ, 2 ਮਿੰਟ ਲੱਗੇ ਰੋਟੀ ਬਣਾਉਣ ਨੂੰ ਤਾਂ। ਤੈਨੂੰ ਪਤਾ ਫਿਰ ਬੰਦੇ ਤਾਂ ਅੱਜ ਵੀ ਕਰਦੇ ਹੁੰਦੇ ਆ, ਉਹਨਾਂ ਨੂੰ ਐਂ ਵੀ ਚੱਲ ਕੰਮ ਧੰਦੇ ਨਿਬੜ ਜਾਣਾ। ਜੇ ਚਾਚੇ ਹੋਰਾਂ ਨੂੰ ਕਹਿ ਦਈਏ ਵੀ ਤੜਕੇ ਹੀ ਖਾ ਲਓ, ਕਹਾਂਗੇ ਤੜਕੇ ਭੁੱਖ ਨਹੀਂ ਆਏਗੀ ਭਾਈ, ਠਹਿਰ ਕੇ ਖਾਵਾਂਗੇ। ਭਾਬੀ ਲੈ ਰੋਟੀ ਦੇ ਬਾਈ ਨੂੰ ਫੜਾ ਦਾ। 1 ਮਿੰਟ ਬਸ ਰੜ ਗਈ ਦਿੰਦੀ ਹਾਂ, ਵੀ ਕੀ ਕਰੀਏ ਫਿਰ, ਕੁਛ ਨਹੀਂ ਕਹਿ ਸਕਦੇ ਹੁਣ, ਉੱਥੇ ਬਾਪੂ ਦਾ ਤੜਪੀ ਜਾਂਦਾ ਸੀ ਬੈਠਾ, ਮੈਂ ਆਖਿਆ ਚੱਲ ਮੈਂ ਤਾਂ ਬੋਡੀ ਨਹੀਂ ਵਾਲਾ, ਮੈਂ ਕਿਹਾ ਕੋਈ ਨਹੀਂ ਬਾਪੂ ਲਿਆਉਣੇ ਅੱਜ ਅਮਨ, ਫਿਰ ਆਪਾਂ ਕੀ ਕਰਾਂਗੇ ਅੱਜ? ਆਪਾਂ ਇੱਕ ਤਾਂ ਸੱਚ ਮੈਂ ਤੈਨੂੰ ਦੱਸਦੀ ਹਾਂ, ਬੋਲਿਓ ਬੋਲਿਓ ਨਾ ਪ੍ਰੀਤੋ ਕੋ ਆਉਂਦੀ। ਲੈ ਹੋਰ ਫੋਨ ਆਇਆ ਸੀਗਾ ਉਹਦਾ, ਰਾਜ ਮੈਨੂੰ ਕਹਿੰਦਾ ਸੀ, ਕਹਿੰਦਾ ਕਿ ਸੂਟ ਸਾਟ, ਮੈਂ ਕਿਹਾ ਭਾਈ ਆਪਦੇ ਤੈਨੂੰ ਤਾਂ ਪੂਰੇ ਵਧੀਆ ਲਿਆਏ ਆ, ਭੂਆ ਨਹੀਂ ਰੁੱਸਦੀ। ਫਿਰ ਮੈਂ ਕਿਹਾ ਭਾਈ ਪਤਾ ਨਹੀਂ ਹੈਗਾ, ਤੈਨੂੰ ਪਤਾ ਹੈ ਤਾਂ ਆਪਣੀਆਂ ਭੂਆ ਥੋੜੀਆਂ ਜ਼ਿਆਦਾ ਆਕੜ ਕਰਨੀਆਂ। ਬੋਲੀ ਉਹ ਕਿਹਨੇ ਆਉਣਾ ਭਾਬੀ? ਭੂਆ ਆਉਂਦੀ ਹੈ ਪ੍ਰੀਤੋ, ਛੋਟੀ ਭੂਆ ਆ ਰਹੀ ਹੈ। ਕਿੱਥੇ ਜੱਬ ਛਿੜੂਗਾ, ਇੰਨੇ ਦਿਨ ਪਹਿਲੀ ਆ ਗਈ ਉਹ। ਕਿਆ ਕੀ ਗੱਲ ਹੈ, ਤੂੰ ਨਹੀਂ ਆਈ, ਗੱਲਾਂ ਨਹੀਂ ਕਰਦੀ। ਉਹ ਆਏ ਆ, ਉਹ ਤਾਂ ਮਾੜੀ ਮਾੜੀ ਗੱਲ ਤੇ ਲੜ ਪੂਗੀ, ਉਹਦਾ ਸੂਟ ਸਾਟ ਜਿਹਾ ਲਿਆ ਕੇ ਰੱਖ ਲਿਆ। ਸਾਰੇ ਲਿਆਂਦੇ ਪੈਂਦੇ ਸਿਉਣੇ ਵੀ, ਜੇ ਤਾਂ ਇੱਕ ਸੂਟ ਭੂਆ ਦਾ, ਮੈਂ ਇੱਕ ਕੋਈ ਨਹੀਂ ਉਹਨੂੰ ਦਿਖਾ ਦਾਂਗੇ, ਜੇ ਉਹਨੇ ਉਹ ਸਮਾਉਣਾ ਹੋਇਆ ਸਮਿਆ ਲੂ, ਨਹੀਂ ਅਗਲੀ ਨੇ ਕਈ ਵਾਰ ਗਾਹਾਂਗਾ ਚਲਾਉਣਾ ਹੁੰਦਾ ਗਾ, ਕੀ ਪਤਾ ਹੁੰਦਾ ਗਾ। ਉਹ ਤੋਂ ਤਾਂ ਬਾਲਾ ਡਰ ਲੱਗਦਾ ਪੜੀਏ। ਚੱਲ ਡਰ ਨੂੰ ਤਾਂ ਉਹ ਵਿਚਾਰੀ ਕੀ ਉਹ ਕਰਦੀ ਆ, ਐਡੀ ਦਿਲ ਦੀ ਮਾੜੀ ਵੀ ਨਹੀਂ, ਤਾਈ ਨਾਲ ਤਾਂ ਘੱਟ ਹੀ ਪੈਣੀ ਹੈ। ਤੇਰੀ ਬਾਲੀ ਬਣਦੀ ਹੈ ਨਾ ਉਹਦੇ ਨਾਲ ਤਾਂ ਤੈਨੂੰ ਚੰਗੀ ਲੱਗਦੀ ਹੈਗੀ, ਮੇਰੇ ਨਾਲ ਬਣਨਾ ਹੀ ਬਣਦੀ ਹੈ, ਮੇਰੇ ਨਾਲ ਬਣਦੀ ਨਹੀਂ ਉਹਦੀ, ਮੈਨੂੰ ਤਾਂ ਤੈਨੂੰ ਪਤਾ ਬਾਲੀਆਂ ਗਾਲਾਂ ਦਿੰਦੀ ਉਹ। ਚੱਲ ਕੋਈ ਨਹੀਂ, ਗਾਲਾਂ ਤਾਂ ਕਾਹਨੂੰ ਦਿੰਦੀ ਹੁੰਦੀ ਹੈ, ਹੈ ਤਾਂ ਹੁੰਦੇ ਤਾਂ ਵੱਡਾ ਬੰਦਾ ਆਪਾਂ ਨੂੰ ਸਮਝਾਉਂਦਾ ਹੀ ਹੁੰਦਾ, ਗੱਲ ਕਰ ਬਸ ਆਪਾਂ ਉਹ ਕਰਨੇ, ਉਹ ਤਾਂ ਆਪਣੀ ਸਹੇਲੀਆਂ ਵਰਗੀ ਹੈ ਨਾਲੇ, ਉਹ ਕਿਹੜਾ ਕੋਈ ਬਾਲੀ ਆ ਹੋਊਗੀ, ਸਾਰਿਆਂ ਨਾਲ ਛੋਟੀ ਤਾਂ ਹੈਗੀ ਹੈ ਭੂਆ। ਹਾਂ ਇਹ ਤਾਂ ਹੈ, ਚੱਲ ਹਾਂ ਲਾਭੋ ਨਾ ਖੜਕਦੀ ਹੁੰਦੀ, ਉਹਦੇ ਕੰਮ ਪਿੱਛੇ ਵੀ ਲਾਭੋ ਕੰਮ ਘੱਟ ਕਰਦੀ। ਕੋਈ ਨਾ, ਮੈਂ ਤਾਂ ਜਦੋਂ ਉਹ ਆ ਗਈ ਮੈਂ ਤਾਂ ਕੰਮ ਹੀ ਨਹੀਂ ਕਰਿਆ ਕਰਦੀ, ਮੈਂ ਤਾਂ ਕਹਦਾ ਕਰ ਭੂਆ ਤੂੰ ਕਰ ਲਾ। ਹੋਰ ਕਰ ਲਾ, ਭੂਆ ਦੀਆਂ ਪੱਕੀਆਂ ਖਾਈ ਕੋਈ, ਭੂਆ ਵੱਡੀ ਆ ਹੁਣ ਕੰਮ ਨਹੀਂ ਕਰੂਗੀ ਆ ਕੇ। ਹੋਰ ਜਿਹੇ ਜੇ ਤੂੰ ਲਾਉਂਦੀ ਲੈ ਲੈ। ਹਾਂ ਉਹ ਜੇ ਭੂਆ ਖਵਾ ਦੂ ਤੁਹਾਨੂੰ ਪਰੌਂਠੇ। ਸਹੀ ਗੱਲ ਆ, ਹਾਏ ਤਾਂ ਅੰਜਲੀ ਨੂੰ ਨਹੀਂ ਪਤਾ, ਚਲ ਅੰਜਲੀ ਤਾਂ ਬਚ ਜੂਗੀ ਅੱਜਗੀ, ਉਹਦਾ ਤਾਂ ਵਿਆਹ ਗਾ, ਉਹਨੂੰ ਨਹੀਂ ਕੁਛ ਕਹਿੰਦੀ ਹੈਗੀ ਉਹ, ਇਹਦੇ ਵਿਆਹ ਕਰਕੇ ਬਚ ਜੂਗੀ ਇਹ, ਨਹੀਂ ਤਾਂ ਭੂਆ ਇਹਦੇ ਮਗਰੀ ਪਈ ਰਹਿੰਦੀ ਸੀ, ਨਹੀਂ ਅਗਲੇ ਘਰ ਜਾ ਕੇ ਕੀ ਕਰੇਗੀ, ਨਹੀਂ ਸਿੱਖ ਲੈ ਕੋਈ ਕੰਮ। ਮੈਂ ਦੱਸੂ ਭੂਆ ਨੂੰ, ਸਾਰੇ ਕੰਮ ਤਾਂ ਐਵੇਂ ਲੱਗਦਾ ਗਾ ਅੰਜਲੀ ਨੂੰ ਭੂਆ ਵਰਗਿਆਂ ਨੇ ਸਿੱਖਿਆ, ਇਹਨੇ ਬਹੁਤ ਕੰਮ ਇਹੋ ਜਿਹੇ ਨੇ ਜਿਹੜੇ ਮੈਂ ਭੂਆ ਤੋਂ ਸਿੱਖੀ ਹੈ। ਸਹੀ ਗੱਲ ਹੈ, ਵਿਚਾਰੀ ਹੁਣ ਤਾਂ ਚੱਲ ਵਧੀਆ ਹੈਗੀ,
ਜਿਹੜੇ ਬੰਦੇ ਨੇ ਕੰਮ ਕੀਤੇ ਹੁੰਦੇ ਉਹੀ ਕੰਮ ਨੂੰ ਟੋਕਦਾ ਹੁੰਦਾ, ਜਿਹਨੂੰ ਕੰਮ ਹੀ ਨਹੀਂ ਆਉਂਦਾ ਉਹ ਕਿੱਥੋਂ ਟੋਕੂ। ਲੈ ਰੋਟੀ ਫੜਾ ਦੇ ਚੰਗਾ, ਉਧਰ ਗਾਲਾਂ ਪੈ ਜਾਣਗੀਆਂ। ਨਹੀਂ ਪੈਂਦੀਆਂ ਗਾਲਾਂ ਹੁਣ, ਕਹਿ ਰੜ ਤਾਂ ਜਾਣਦੇ ਇੱਥੇ ਕਿਹੜਾ ਮਸ਼ੀਨ ਆ ਚੁੱਲ੍ਹਾ ਗਾ, ਨਾਲੇ ਕਹਿੰਦੇ ਗਰਮ ਗਰਮ ਖਾਣੀ ਆ। ਤੂੰ ਬਚ ਜਾਂਗਾ, ਇੱਧਰ ਪਹਿਲਾਂ ਪੈ ਜਾਣਗੀਆਂ। ਕੋਈ ਨਹੀਂ ਕੋਈ ਨਹੀਂ, ਇਹਨਾਂ ਦੀਆਂ ਗਾਲਾਂ ਤਾਂ ਸਾਰਾ ਦਿਨ ਹੀ ਚੱਲਦੀਆਂ ਰਹਿੰਦੀਆਂ, ਆਰਤੀ ਬੜੀ ਪਈ ਇਹਨਾਂ ਦੀਆਂ ਗਾਲਾਂ ਦੀ ਤਾਂ। ਹੋਰ ਇੱਕ ਆਪਣੇ ਤਾਂ ਭਾਈ ਕੋਈ ਨਹੀਂ ਕੰਮ ਵਾਲੀ, ਲੈ ਲਵੇ ਨਹੀਂ ਲੱਗਦੀ ਹੈਗੀ ਕਿ ਫਿਰ ਸਾਰਾ ਦਿਨ ਉੱਧਰ ਹੀ ਦੁਨੀਆਂ ਫਿਰਨੀ ਆ। ਪੱਲੇ ਕਹਿ ਦੇਣਗੀਆਂ ਭਾਂਡੇ ਆ, ਭਾਂਡੇ ਵੀ ਉਹੀ ਗੱਲ, ਆਪਾਂ ਤਾਂ ਸਵੇਰੇ ਸ਼ਾਮ ਤਾਪ ਧੋ ਲੈਂਦੇ ਹਾਂ, ਦੁਪਹਿਰੇ ਆ ਜਾਂਦੀਆਂ ਨੇ 10 ਵਜੇ, ਜੇ ਮਾਂ ਵਰਗਿਆਂ ਨੂੰ ਕਹਿਣੇ ਆ ਬਸ ਫਿਰ ਉਹ ਮਾਂ ਕਹਿ ਦਿੰਦੇ ਚੱਲ ਕੋਈ ਨਾ ਤੁਸੀਂ ਕਰ ਲਓ। ਲੈ ਆਥਣੇ ਰੋਟੀ ਨੂੰ ਕਹਿਣਗੀਆਂ ਸਾਡੇ ਦੋ ਜਾਣਿਆਂ ਦੀ ਘਰੇ ਰੋਟੀ ਹੈ, ਦੋ ਜਾਣਿਆਂ ਦੀ ਰੋਟੀ ਪਾ ਦੋ। ਲੈ ਦੱਸ ਵੀ ਤੁਸੀਂ ਫਿਰ ਚੁੱਲ੍ਹੇ ਲਵੇ ਲੱਗਿਆ ਵੀ ਕਰੋ ਸਾਡੇ ਨਾਲ। ਸੱਚ ਨਾਲੇ ਭਾਈ ਮੈਨੂੰ ਆਉਂਦੀ ਨੂੰ ਰਾਸਤੇ 'ਚ ਉਹ ਕਹੀ ਜਾਂਦੇ ਅਸੀਂ ਮਾਂ ਵਰਗਿਆਂ ਨੂੰ ਪੁੱਛਦੇ ਹਾਂ ਵੀ ਭਾਈ ਗੀਤਾਂ ਦਾ ਕਿਵੇਂ ਕਰਨਾ, ਵੀ ਅੱਜ ਸ਼ੁਰੂ ਕਰਨੇ ਆ ਕਿ ਕੱਲ੍ਹ ਨੂੰ ਕਰਨੇ ਨੇਗੇ। ਹਾਂ ਪੁੱਛ ਲੈ, ਇੱਕ ਮੌਕੇ ਤੇ ਤਾਈ ਵਾਗੀ। ਚੱਲ ਕੋਈ ਨਾ, ਉਹ ਤਾਂ ਆਜੂ ਕੱਲ੍ਹ ਨੂੰ। ਕੱਲ੍ਹ ਨੂੰ ਆਊਗੀ, ਹੋਰ ਹੁਣ ਕਾਰਡ ਫੜਾਉਣ ਤਾਂ ਗਿਆ ਭਾਬੀ ਉਹ ਕਿਤੇ, ਕਾਰਡ ਫੜਾਉਣ ਤਾਂ ਗਈ ਆ, ਹੱਥ ਨੂੰ ਆ ਜਾਂਦੀ ਫਿਰ ਹੁਣ ਦਿਨ ਤਾਂ ਸਾਰੇ 5-4 ਨੇ। ਉਹ ਕੋਈ ਨਾ, ਉਹ ਨਾ ਪਤਾ ਕੀ ਆ, ਖੜ ਜਾ ਮੈਂ ਰੋਟੀ ਫੜਾਇਆ, ਮੈਂ ਦੱਸਦੀ ਆ ਉਹਨੂੰ। ਐ ਹੈਗਾ ਹੁਣ ਪੇਕੇ ਗਈ ਉਹਨੂੰ, ਐ ਮੈਂ ਰਾਤ ਲਾਇਆ ਵਾਂ। ਚਲ ਕੋਈ ਨਹੀਂ, ਫਿਰ ਦੇਖੀ ਜਾਊਗੇ ਸਤਾਈ ਗੱਲਾਂ ਦੀ ਤਾਂ ਤੈਨੂੰ ਪਤਾ ਗੱਲਾਂ ਗੀਤ ਤਾਂ ਹਨਾ ਹੈ, ਆਈ ਆਈ ਤਾਂ ਸ਼ੁਰੂ ਹੋਣਗੇ ਫਿਰ ਕੱਲ ਨੂੰ ਗੀਤ ਤਾਂ। ਨਹੀਂ ਫਿਰ ਉਹ ਮੰਮੀ ਕਿਹੜਾ ਜ਼ਿਆਦੇ ਉਹ ਢੋਲਕੀ ਵਜਾਊਗੀ, ਆਪਾਂ ਗਾਲਾਂਗੇ। ਹੋਰ ਆਪਾਂ ਗਾਲਾਂਗੇ, ਮੁੜ ਕੇ ਆ ਕੇ ਫਿਰ ਉਹ ਬੋਲੂਗੀ, ਕਹਿ ਦੂਗੀ ਕਿ ਉਹ ਤਾਂ ਜਦੋਂ ਗੀਤ ਗਾਉਣ ਲੱਗ ਗਏ ਰੌਣਕ ਜੀ ਲੱਗ ਜੂ ਨਾ, ਵਿਆਹ ਜਾ ਸ਼ੁਰੂ ਹੋ ਜੂਗਾ। ਹਾਂ ਇਹ ਤਾਂ ਗੱਲ ਹੈ, ਗੀਤਾਂ ਵਾਲੇ ਦਿਨ ਹੀ ਸ਼ੁਰੂਆਤ ਹੁੰਦੀ ਹੈ। ਸਹੀ ਗੱਲ ਹੈ। ਲੈ ਭਾਬੀ ਫੜਾ ਰੋਟੀ, ਕਿਹੜਾ ਨਹੀਂ ਫੜਾਉਣੀ ਹੈ, ਕਿਹੜਾ ਕਿਹੜਾ ਖਾਈ ਜਾਂਦਾ ਬਾਈ? ਖਾ ਰਿਹਾ ਸਾਰੇ ਲੱਗੇ ਪਏ, ਸਾਰੇ ਲੱਗ ਰਹੇ ਨੇ। ਅੱਛਾ ਨੰਬਰਦਾਰ ਤਾਰੇ ਕੇ ਤਾਂ ਰਹੀ ਗਏ ਕਾਰਡ ਕਰਨੀ, ਉਦੇ ਉਦੇ ਵੰਡਣ ਗਿਆ ਸੀ ਉਹਨਾਂ ਦਾ ਘਰ ਰਹਿ ਗਿਆ, ਮੈਂ ਆਖਿਆ ਚੱਲ ਢਾਣੀ ਚ ਫੇਰ ਆਊ ਦੁਬਾਰੇ, ਮੁੜ ਕੇ ਮੈਂ ਤਾਂ ਜਾ ਹੀ ਨੀ ਗਿਆ ਉਹ ਨੰਬਰਦਾਰਾਂ ਦੇ। ਹੋਰ ਲੈ ਓਏ, ਉਹਦਾ ਤੇਰਾ ਸਭ ਤੋਂ ਪੱਕਾ ਆੜੀ ਆ, ਉਹ ਜਿਹੜੇ ਤੇਰੇ ਨਹੀਂ ਆੜੀ ਉਹਨਾਂ ਨੂੰ ਤੂੰ ਸਾਰਿਆਂ ਨੂੰ ਕਾਰਡ ਦਿਆ ਚਾਚਾ, ਉਹ ਕਿਵੇਂ ਰਹਿ ਗਿਆ? ਉਹ ਚੱਲ ਜਿਵੇਂ ਰਹਿ ਗਿਆ ਰਹਿ ਗਿਆ, ਪਰ ਇੱਕ ਗੱਲ ਹੈ, ਜੇ ਹੁਣ ਵੀ ਜਾ ਕੇ ਉਹਨੂੰ ਕਿਹਾ ਆ ਗੁੱਸਾ ਗਾਸਾ ਤਾਂ ਉਹ ਮੇਰਾ ਕਰਦਾ ਨਹੀਂ, ਬਹੁਤ ਲਿਹਾਜ਼ ਹੈ ਆ, ਉਹ ਜਮਾਂ ਸਾਵੇਂ ਦਿਨ ਕਹੇ ਤੂੰ ਵੀ ਜਾਊਗਾ, ਬੰਦਾ ਇਹ ਜਿਹਾ ਓਏ ਆ ਤਾਂ ਜਾਊਗਾ ਚਾਚਾ, ਪਰ ਐਂ ਆ ਨਾ ਹੁਣ ਸਾਰੇ ਆਪਾਂ ਸਾਰੇ ਪਿੰਡ ਨੂੰ ਤਾਂ ਆਪਾਂ ਨਿਉਂਦਾ ਦੇਤਾ ਕਿਹਾ ਹੈ, ਹੈਂ ਤੇ ਜੇ ਉਹਨੂੰ ਨਾ ਕਿਹਾ ਉਹ ਫਿਰ ਤਾਂ ਬਾਹਲੀ ਵੱਡੀ ਗੱਲ ਹੋਜੂ, ਤੂੰ ਮੇਰੀ ਗੱਲ ਸੁਣ, ਕਾਰਡ ਭੇਜ ਦੇ ਜਾਂ ਮੈਂ ਫੜਾ ਆਉਣਾ ਭੱਜ ਕੇ। ਨਾ ਰਾਜ ਨੂੰ ਕਿਹਾ ਮੈਂ, ਗਿਆ ਹੋਇਆ ਅੰਦਰ ਕਾਰਡ ਲੈਣ, ਉਹ ਜਾਂਦਾ। ਠੀਕ ਹੈ, ਬਾਕੀ ਤਾਂ ਮੈਂ ਸਾਰੇ ਫੜਾਇਆ ਸੀ ਕਾਰਡ, ਪਰ ਚਾਚਾ ਆਪਣੇ ਵਾਲਿਆਂ ਨੇ ਗੱਲ ਥੋੜੀ ਜਿਹੀ ਠੋਕ ਕੇ ਜੇ ਕਹਿਤੀ ਮੈਨੂੰ। ਕੀ ਨੇ ਕਹਿਤਾ ਕੁਛ ਤੈਨੂੰ? ਆਹ ਦੇ ਆਪਣੇ ਵਾਲੇ ਸਾਰੀ ਕੀ ਕਹਿੰਦੇ? ਕਹਿੰਦੇ ਭਾਈ ਦੇਖ ਲੈ ਕਾਰਡ ਤੂੰ ਫੜਾ ਗਿਆ, ਧੰਨਵਾਦ ਤੇਰਾ, ਪਰ ਭਾਈ ਜਿੰਨਾ ਚਿਰ ਕਾਕਾ ਸਿਓ ਨਹੀਂ ਆਉਂਦਾ ਕਹਿਣ ਅਸੀਂ ਤਾਂ ਨਹੀਂ ਆਉਂਦੇ। ਓਏ ਲੋਕਾਂ ਦਾ ਵੀ ਸਰੇ ਹੀ ਪਿਆ ਕਰ ਮੈਂ, ਆਹ ਦੇਖ ਲੈ ਭਾਈ ਧੀ ਧਿਆਣੀ ਦੇ ਵਿਆਹ 'ਚ ਤਾਂ ਲੋਕ ਬਿਨਾਂ ਕਿਸੇ ਤੋਂ ਆ ਜਾਂਦੇ ਨੇ, ਇਹ ਦੁਨੀਆ ਪਤਾ ਨਹੀਂ ਕਿਉਂ ਪੈਰ ਖਿਚਾਉਂਦੀ ਹੈਗੀ। ਉਹ ਬਸ ਸਰੀਕ ਫਿਰ ਸਰੀਕ ਹੀ ਹੁੰਦੇ ਨੇ, ਸਰੀਕੇ ਦਾ ਤਾਂ ਛੱਡ ਪਰੇ, ਆਹ ਦੇਖ ਲਾ ਪ੍ਰਾਹੁਣੇ ਜਿਹਨੇ ਸੂਲੀ 'ਤੇ ਟੰਗ ਰੱਖੇ ਆ, ਤੜਕੇ ਉਹਨੂੰ ਗੜਬੀ ਚਾਹ ਦੀ ਫੜਾਈ, ਕਹਿੰਦਾ ਮੈਂ ਤਾਂ ਪੀਣੀ ਨਹੀਂ ਹੈਗੀ, ਚੱਕੇ ਡੋਲਤੀ, ਕਹਿੰਦਾ ਮੂੰ ਤਾਂ ਪੈਗ ਲਿਆ ਕੇ ਦਿਓ। ਉਹ ਕਰਮਿਆ ਹੁਣ ਕੀ ਕਹਾਂ ਤੈਨੂੰ ਯਾਰ, ਕੁਛ ਨਹੀਂ ਹੁੰਦਾ, ਆਹ ਤੁਸੀਂ ਵਿਆਹ ਜਾਂ ਨੇੜੇ ਲਾ ਲਓ ਭਾਈ, ਉਹਨੂੰ ਪੜੋਸਾ ਪੜਾਸੀ ਕਰਕੇ ਰੱਖ ਲਓ, ਐਵੇਂ ਜਮਾਈ ਭਾਈ ਨੂੰ ਕੁਛ ਕਹਾਂਗੇ ਆਪਾਂ ਹੀ ਮਾੜੇ ਵੱਜਾਂਗੇ। ਉਹ ਚਾਚਾ ਗੱਲ ਪਤਾ ਕੀ ਆ, ਲਾਭੋਂ ਦਾ ਚੱਲ ਜਿਹੜੀ ਗਲਤੀ ਕਰਨੀ ਸੀ ਕਰ ਲਈ, ਓਏ ਹੁਣ ਆਪਾਂ ਉਹਦੇ ਨਾਲ ਵਰਤਨ ਵੀ ਲੱਗ ਗਏ, ਹੈਂ ਉਹਦੇ ਪੈਰੀ ਹੱਥ ਲਾ ਕੇ ਰੁੱਸੇ ਨੂੰ ਮਨਾ ਵੀ ਲਿਆਂਦਾ, ਅਤੇ ਹੁਣ ਤਾਂ ਬੰਦਾ ਮਾੜਾ ਮੋਟਾ ਸੁਧਰੇ, ਸਾਰਾ ਦਿਨ ਐਂ ਨਹੀਂ ਨਾ ਸੂਲੀ 'ਤੇ ਟੰਗੀ ਰੱਖਣਾ ਹੁੰਦਾ। ਉਹ ਜਿਵੇਂ ਰਾਜ ਸੇਵਾ ਕਰੀ ਜਾਂਦਾ ਉਵੇਂ ਤੂੰ ਕਰੀ ਜਾਂ, ਅਲੱਗ ਲਗਾ ਕੇ ਇੱਕ ਬੰਦਾ ਯਾਰ, ਸੋ ਉੱਥੋਂ ਦੋ ਤੋਂ ਨਹੀਂ ਲੋਟਾਉਂਦਾ ਉਹ। ਉਹ ਬੋਲਦੇ ਤਾਂ ਜਿਹੜੀ ਗੱਲੋਂ ਨਹੀਂ ਬੋਲਦੇ ਉਸੇ ਗੱਲੋਂ ਨਹੀਂ ਬੋਲਦੇ ਹੈਗੇ, ਉਹ ਆਪਣੇ ਵਾਲੇ ਪ੍ਰਾਹੁਣੇ ਜਿਹੀ ਗੱਲ ਆ ਰਾਜ, ਤੜਕੇ ਯਾਰ ਉਹਨੂੰ ਫੜਾਈ ਸੀ ਚਾਹ ਗੜਬੀ 'ਚ ਪਾ ਕੇ,
ਚੱਕ ਕੇ ਮਾਂ ਦੇ ਪੁੱਤ ਨੇ ਸਾਰੇ ਫਰਸ਼ 'ਤੇ ਡੋਲਤੀ ਚਾਹ। ਕਹਿੰਦਾ ਮੈਂ ਹੁਣ ਤੁਹਾਡੇ ਘਰੇ ਆ ਕੇ ਚਾਹ ਪੀਊਂਗਾ, ਹੁਣ ਤਾਂ ਕਹਿੰਦਾ ਘਰ ਦੀ ਦੇ ਪੈੱਗ ਲਵਾਓ। ਲੈ ਦੇਖ ਲੈ ਬਾਪੂ, ਉਹੀ ਗੱਲ ਫਿਰ ਹੁਣ ਆਪਾਂ ਸਾਰਿਆਂ ਦੇ ਕਹੇ ਤੋਂ ਉਹਨੂੰ ਬੁਲਾਉਣ ਵੀ ਲੱਗ ਗਏ, ਉਹਦੇ ਨਾਲ ਬੋਲਣ ਵੀ ਲੱਗ ਗਏ, ਪਰ ਉਹ ਬੰਦਾ ਇਹ ਜਾਏਗਾ ਥਾਂ ਥਾਂ 'ਤੇ ਬੇਇੱਜ਼ਤੀ ਕਰਦਾ। ਦੇਖ ਲੈ ਬਾਪੂ, ਜਦੋਂ ਕੱਪੜੇ ਲੈਣ ਗਏ ਸੀ ਨਾ ਹਰਜੀਤ ਵਾਸਤੇ ਜਿਹੜੀ ਪੁਸ਼ਾਕ ਫਿੱਟ ਕਰੀ, ਅਤੇ ਮਾਂ ਦਾ ਪੁੱਤ ਭੱਜ ਕੇ ਉਸ ਪੁਸ਼ਾਕ ਨੂੰ ਚਿੰਬੜ ਗਿਆ। ਕਹਿੰਦਾ ਮੈਂ ਤਾਂ ਆਹ ਲਊ, ਮੈਂ ਹਰਜੀਤ ਵਾਸਤੇ ਇੰਨੀ ਸੋਹਣੀ ਫਿੱਟ ਕੀਤੀ ਪੈਂਟ ਕਾਲੇ ਰੰਗ ਦੀ। ਕਹਿੰਦਾ ਨਾ ਦੁਕਾਨਦਾਰ ਦੇ ਕੰਨ 'ਚ, ਕਹਿੰਦਾ ਰੁਪਈਏ ਇਹਨਾਂ ਕੋਲ ਬਥੇਰੇ ਨੇ, ਕਹਿੰਦਾ ਲੈ ਲਓ ਜਿੰਨੇ ਮਰਜ਼ੀ, ਅਤੇ ਨਾਲੇ ਕਹਿੰਦਾ ਜਿਹੜੇ ਮੈਂ ਕਹੂੰਗਾ ਕੱਪੜੇ, ਅਤੇ ਨਾਲੇ ਕਹਿੰਦਾ ਇਹਨੂੰ ਪੂਰੇ ਤਕੜੇ ਕੱਪੜੇ ਦੇ। ਉਹ ਤਾਂ ਚੱਲ ਗੱਲ ਬਾਪੂ ਕੋਈ ਗੱਲ ਨਹੀਂ, ਰੁਪਈਏ ਤਾਂ ਜਿੰਨੇ ਮਰਜ਼ੀ ਲਵਾ ਦੇ ਬੰਦਾ, ਪਰ ਦੇਖਣ ਵਾਲਾ ਤਾਂ ਬੰਦਾ ਇਹ ਗੱਲ ਸੋਚਦਾ ਵੀ ਆਹ ਦੇਖ ਲੈ ਇੱਕ ਪ੍ਰਾਹੁਣਾ ਇਹਨਾਂ ਦਾ ਕਿਵੇਂ ਕਹੀ ਜਾਂਦਾ, ਇੱਕ ਵਿਚਾਰਾ ਚੁੱਪ ਕਰਕੇ ਬੈਠਾ। ਹੁਣ ਕਰਮਾ ਗੁੱਸਾ ਕਰੂ ਵੀ ਚਾਚਾ ਕੀ ਕਹਿੰਦਾ, ਤਾਂ ਉਹ ਗੱਲ ਹੈ ਜੀ, ਤਾਂ ਕਹਿੰਦਾ ਜਿੰਨੇ ਨੰਗੋ ਨੀ ਢੰਗ। ਸਹੀ ਗੱਲ ਹੈ, ਉਹ ਗੱਲ ਤੇਰੀ ਚਾਚਾ ਜਮਾਂ ਸਹੀ ਆ, ਨੰਗ ਦੀ ਨਿਸ਼ਾਨੀ ਕਹਿੰਦਾ ਗੱਲ ਕਰੇ ਚੱਕਵੀਂ, ਚੱਕਵੀਂ ਗੱਲ ਕਰਦਾ ਮੇਰਾ ਸਾਲਾ ਇਹੋ ਜਿਹੀ ਗੱਲ ਕਰੂਗਾ ਕਾਲਜਾ ਚੀਰ ਕੇ ਲੰਘ ਜਾਂਦੀ ਆ ਗੱਲ। ਉਹ ਕਰਮਿਆ ਮੈਂ ਸਾਰਾ ਕੁਛ ਜਾਣਦਾ, ਆਹ ਮੇਰੇ ਬੱਗੇ ਭਾਈ ਐਵੇਂ ਨਹੀਂ ਆਏ, ਮੈਂ ਸਾਰਾ ਕੁਛ ਦੇਖਿਆ ਹੋਇਆ, ਕੋਈ ਗੱਲ ਨਹੀਂ, ਆਹ ਵਿਆਹ ਵੂ ਭਾਈ ਨੇੜੇ ਲੱਗ ਜਾਣਦੇ, ਕੋਈ ਨਹੀਂ ਇਹਨੂੰ ਸਮਾਰ ਕੇ ਸਮਾਰਾਂਗੇ, ਮੁੜ ਕੇ ਜੇ ਸਾਰੀ ਉਮਰ ਚੁਸਕ ਗਿਆ ਨਾ ਤੁਹਾਡੇ ਮੂਹਰੇ ਬੋਲ ਗਿਆ ਤਾਂ ਮੈਨੂੰ ਕਾਕਾ ਨਾ ਕਿਹੋ ਤੁਸੀਂ। ਚਾਚਾ ਮੇਰੀ ਗੱਲ ਸੁਣ ਲਾ, ਆਪਣੇ ਸਰੀਕੇ ਕਬੀਲੇ ਵਾਲੇ ਹੋਰ ਵੀ ਬਥੇਰੇ ਮੁੰਡੇ ਆਉਣਗੇ, ਮੈਂ ਤਾਂ ਕਹਿੰਦਾ ਪਾ ਕੇ ਰਜਾਈ ਮੇਰੇ ਸਾਲੇ ਦੀ ਗਿੱਦੜ ਕੁੱਟ ਕਰਾਂਗੇ ਅਸੀਂ ਵਿਆਹ 'ਚ। ਨਾ ਨਾ ਭਾਈ, ਕੋਈ ਬੰਦਾ ਲਵੇ ਨਹੀਂ ਲੱਗਣ ਦੇਣਾ, ਨਾ ਕਿਸੇ ਨਾਲ ਬਿਠਾਉਣਾ ਇਹਨੂੰ, ਕੱਲਾ ਰੱਖਣਾ ਇਹ, ਐਵੇਂ ਬੇਇੱਜ਼ਤੀ ਆਪਣੀ ਹੋਊ ਜੇ ਕੋਈ ਹੋਰ ਮੁੰਡਾ ਇਹਦੇ ਕੋਈ ਹੱਥ ਫੇਰ ਕਰ ਗਿਆ। ਦੇਖ ਲਾ ਸਿਆਣਿਆਂ ਦੀ ਕਹਾਵਤ ਹੈ, ਅਗਲੇ ਕਹਿੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਵਿਗੜੇ ਤਿਗੜੇ ਪ੍ਰਾਹੁਣੇ ਹੁੰਦੇ ਨੇ ਨਾ, ਇਹੋ ਜਿਹਾਂ ਨੂੰ ਵਿਆਹ 'ਚ ਹੀ ਲੋਟ ਕਰਿਆ ਜਾਂਦਾ ਹੁੰਦਾ। ਕੋਈ ਨਹੀਂ ਬਾਈ, ਤੂੰ ਫਿਕਰ ਨਾ ਕਰ, ਵਿਆਹ 'ਚ ਕਢਾਵਾਂਗੇ ਇਹਦੀਆਂ ਚੀਕਾਂ, ਭੋਰਾ ਫਿਕਰ ਨਾ ਕਰ ਤੂੰ। ਬਾਪੂ ਆਹ ਦੇਖ, ਨਾਲੇ ਤਾਂ ਮੈਂ ਕਾਰਡ ਲੈ ਲਿਆ, ਨਾਲੇ ਚੱਕ ਲਿਆ ਡੱਬਾ, ਦੋਨੇ ਚੀਜ਼ਾਂ ਫੜਾਇਆ ਹੋਣਾ ਫਿਰ ਮੈਂ। ਡੱਬੇ ਉੱਥੇ ਦੋ ਭੰਤੇ ਪਏ ਨੇ ਸਿਰਾ, ਸਪੈਸਲ ਵਾਲਾ ਲੈ ਕੇ ਜਾਈ, ਨੰਬਰਦਾਰ ਹੈ ਪਿੰਡ। ਮੈਨੂੰ ਪਤਾ ਬਾਪੂ, ਬਰਫੀ ਵਾਲਾ ਡੱਬਾ ਲੈ ਕੇ ਗਿਆ, ਮੈਂ ਲੱਡੂ ਵਾਲਾ ਨਹੀਂ ਲਿਜਾਂਦਾ ਚੱਕ ਕੇ। ਚੱਲ ਚੰਗਾ ਕੀਤਾ, ਤਾਂ ਵਧੀਆ ਗੱਲ ਹੈ। ਹਾਂ ਫੜਾਇਆ ਮੈਂ ਫਿਰ ਮੈਂ। ਹਾਂ ਇਹ ਫੜਾਇਆ। ਚੱਲ ਠੀਕ ਆ, ਚੰਗਾ ਮੈਂ ਜਾਂਦਾ ਫਿਰ। ਚੰਗਾ ਜਾ ਤੂੰ ਤਾਂ, ਹਾਂ ਨਿਮੇੜ ਕੰਮ। ਅਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਿਣਾ, ਕੋਈ ਨਹੀਂ ਇਹਨੂੰ ਕਰ ਲੈਣ ਦੇ ਲੱਛਣ ਜਿਹੜੇ ਕਰਦਾ, ਜਿੱਦੇ ਆਪਣਾ ਕੰਮ ਨੁੱਬੜ ਗਿਆ ਨਾ ਉਹਦੇ ਭਾਵੇਂ ਸਪੈਸ਼ਲ ਇੱਕ ਦਿਨ ਰੱਖ ਲਿਓ, ਇਹਨੂੰ ਆਪਦੀ ਮਟਿਆ ਲੈਣ ਦਿਆ ਉੜਕਾ, ਉਹਦੇ ਚੱਕ ਕੇ ਬੋਚ ਕੇ ਇਹਦਾ ਸ਼ਰਾਬੀ ਹੋ ਗਿਆ ਤੂੜੀ ਵਾਲੀ 'ਚ ਲੈ ਜਾਓ, ਇਹੋ ਜਿਹੇ ਥਾਂ ਮਾਰਿਓ ਮੁੱਕੀਆਂ, ਇਹਨੂੰ ਤੜਕੇ ਇਹਨੂੰ ਪਤਾ ਨਾ ਲੱਗੇ ਮੈਨੂੰ ਕੁੱਟ ਕੌਣ ਗਿਆ। ਚਾਚਾ ਗੱਲ ਤਾਂ ਉਹੀ ਆ ਨਾ, ਬਿੱਲੀ ਦੁੱਧ ਪੀਜੇ ਪੀਜੇ, ਜਦੋਂ ਕੰਧ 'ਤੇ ਬਹਿ ਕੇ ਮੁੱਛਾਈਆਂ ਤਾਹਾਂ ਚੜ੍ਹਾਉਂਦੀਆਂ ਨਾ, ਫਿਰ ਗੁੱਸਾ ਚੜ੍ਹਦਾ ਵੀ ਮੇਰੇ ਸਾਲੇ ਦੀ ਗਰਦਨ ਕਿਉਂ ਨਾ ਮਰੂੜੀ ਇਹਦੀ। ਉਹ ਫਿਰ ਭਾਵੇਂ ਮੈਨੂੰ ਵੀ ਨਾਲ ਲੱਗਣਾ ਪੈ ਜੇ ਤੁਹਾਡੇ, ਫਿਰ ਗੁੱਸਾ ਲਾ ਵੀ ਦੇਵਾਂਗੇ ਆਪਾਂ, ਹੁਣ ਤੂੰ ਸਬਰ ਰੱਖ, ਹੁਣ ਮੇਰਾ ਸਿਰ ਮੇਰੇ ਕਹੇ ਤੋਂ ਹੁਣ ਨਾ ਬੋਲੀ, ਨਾਲੇ ਤਾਂ ਤੇਰੀ ਮਾਂ ਦਾ ਦਿਲ ਦੁਖੀ ਹੋਊਗਾ, ਆਪਾਂ ਮਾਂ ਉਹ ਕਿੰਨੀ ਮਾੜਾ ਸਮਝਦੇ ਇਹਨੂੰ, ਫਿਰ ਵੀ ਭਾਈ ਜਮਾਈ ਭਾਈ ਤਾਂ ਆਪਦਾ ਹੀ ਹੁੰਦਾ, ਮੈਂ ਤੈਨੂੰ ਦੱਸਾਂ ਸਿਰਾ। ਆ ਤੜਕੇ ਬੀਬੀ ਕਾਰਡ ਦੇਣ ਗਈ ਆ ਪਿੰਡ, ਕਹਿੰਦਾ ਹਾਂ ਹਾਂ ਤੁਹਾਡੇ ਵਾਲੀ ਬੁੜੀ ਜੀ, ਕਹਿੰਦਾ ਹੁਣ ਕਾਹਦਾ ਵਿਆਹ ਧਰ ਲਿਆ, ਕਹਿੰਦਾ ਲੈ ਇਹ ਹੁਣ ਆਪਦੇ ਪਿੰਡ ਵੱਗ ਗਈ। ਉਹ ਵੀ ਆਪਦੇ ਹੁਣ ਭਾਈ ਰਿਸ਼ਤੇਦਾਰਾਂ ਨੂੰ ਕਾਰਡ ਦਾ ਦੇਣ ਜਾਣਾ ਹੀ ਆ, ਪ੍ਰਾਹੁਣੇ ਦਾ ਆਹ ਗੱਲ ਕਹਿਣ ਦਾ ਫਰਜ਼ ਬਣਦਾ ਚਾਚਾ, ਤੂੰ ਆਪ ਹੀ ਦੱਸ। ਤੇਰੇ ਕਹੇ ਤੋਂ ਜ਼ਿਆਦਾ ਤੜਕਦਾ ਕਰ, ਮੈਂ ਤੂੰ ਨਾ ਕਹੀ, ਮੈਂ ਰਾਜ ਨੂੰ ਸਮਝਾਊਂਗਾ, ਇਹਨੂੰ ਆਪ ਹੀ ਕਹਿ ਦੂਗਾ ਉਹ ਵੀ ਭਾਈ ਤੈਂ ਸਾਡੇ ਕੰਮਾਂ ਤੋਂ ਕੀ ਲੈਣਾ, ਅਸੀਂ ਕੁਛ ਮਰਜ਼ੀ ਕਰੀਏ, ਤੂੰ ਆਪਦਾ ਪ੍ਰਾਹੁਣਾ ਬਣ ਕੇ ਬੈਠ, ਮੌਜ ਨਾਲ ਸੇਵਾ ਕਰਾ ਚਾਰ ਦਿਨ। ਇਹਦੇ ਨਹੀਂ ਤਾਂ ਫਿਰ ਇਹਦੀ ਪੂਸ ਮੈਂ ਕਰੂੰ ਸਿੱਧੀ। ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ। ਹਾਂ ਸੁਣ ਲਾ, ਇੱਧਰ ਦੇਖੀ ਕਿੰਨਾ ਸੋਹਣਾ ਲੱਗਦਾ ਹਨਾ, ਰੱਖ ਵੇ ਨਾ ਫੜਾਉਰਾ ਫੋਨ ਦੇ, ਖੜ ਜਾ, ਗੱਲ ਹੀ ਨਹੀਂ ਸੁਣਦਾ। ਮੈਂ ਸੌਰੀ ਆਇਆ ਹੋਇਆ ਜੀ, ਸਟੇਟਸ ਪਾ ਦਾਂਗੇ। ਤਾਂ ਕਹਿ ਰਿਹਾ ਮੈਂ ਤੇਰਾ ਫੋਨ ਜਾਂ ਕੰਧ 'ਚ ਮਾਰੂੰਗੀ, ਕਦੇ ਪੜਦੇ ਦੀ ਗੱਲ ਵੀ ਸੁਣ ਲਿਆ ਕਰ। ਪੜਦਾ ਪੜਦੇ ਦੀ, ਪੜਦਾ ਤਾਂ ਹੈ ਨਹੀਂ ਉਰੇ। ਹਾਏ ਮੇਰੇ ਰੱਬਾ, ਐਂ ਕਹਿੰਦੀ ਆ, ਮੈਂ ਤੈਨੂੰ ਮੇਰੀ ਗੱਲ ਸੁਣ, ਅੱਜ ਨਾ ਭੂਆ ਨੇ ਆਉਣਾ ਗਾ। ਕਿਹੜੀ ਭੂਆ? ਬੇ ਜਿਹੜੀ ਸਾਰੇ ਨਾਲ ਛੋਟੀ ਭੂਆ, ਪ੍ਰੀਤੋ ਭੂਆ, ਉਹ ਆਊਗੀ,
ਮੈਂ ਤੈਨੂੰ ਐਂ ਕਹਿੰਦੀ ਹਾਂ, ਉਹਦਾ ਸੁਭਾਅ ਨਾ ਬਾਹਲਾ ਅੜਬਾ, ਆਹ ਮਸਕਰੀਆਂ ਜਾਂ ਉਹਦੇ ਸਾਹਮਣੇ ਨਾ ਕਰੀ। ਦੇਖ ਆਪਾਂ ਨੇ ਗਲਤੀ ਕੀਤੀ ਹੋਈ ਆ, ਮੈਂ ਤਾਂ ਤੈਨੂੰ ਪਹਿਲਾਂ ਕਹਿਣੀ ਆ ਵੀ ਇੱਥੇ ਆਪਦੀ ਚੌਧਰ ਨਾ ਘੁੱਟਿਆ ਕਰ, ਨੀਵੇਂ ਹੋ ਕੇ ਰਿਹਾ ਕਰ। ਇਹ ਮੈਂ ਪ੍ਰੀਤ ਤੋਂ ਭੂਆ ਪਹਿਲੀ ਵਾਰੀ ਸੁਣਿਆ, ਇਹ ਪ੍ਰੀਤ ਤੋਂ ਪਹਿਲਾਂ ਤਾਂ ਦੇਖੀਆਂ ਸੀ, ਇੱਕ ਹੋਰ ਭੂਆ ਪਤਾ ਨਹੀਂ ਕਿਹੜੀ ਕਹਿੰਦੇ ਹੁੰਦੇ। ਉਹ ਘੱਟ ਵੱਧ ਹੀ ਆਉਂਦੀ ਆ ਉਰੇ, ਉਹਦੇ ਘਰੇ ਬਹੁਤ ਕੰਮ ਨੇ, ਵਿਹਲੀ ਨਹੀਂ ਹੈਗੀ ਆਪਣੇ ਵਾਂਗੂ। ਮੈਂ ਤੈਨੂੰ ਐਂ ਕਹਿੰਦੀ ਹਾਂ ਉਹਦੇ ਸਾਹਮਣੇ ਮਸਕਰੀਆਂ ਨਾ ਕਰੀ, ਜੇ ਉਹਨੂੰ ਇੱਕ ਗੱਲ ਕਹੇਗਾ ਨਾ ਉਹ 18 ਸੁਣਾਊਗੀ, ਐਵੇਂ ਆਪਦੀ ਇੱਜ਼ਤ ਖਰਾਬ ਕਰੇਗਾ। ਅਹੀ ਜੀ ਕੀ ਹੋ? ਆਹੋ ਬਹੁਤ ਅੜਬ ਸੁਭਾਅ ਦਾ। ਅੱਛਾ ਬਾਈ, ਤੇ ਪਤਾ ਕੀ ਕਰੀ ਤੂੰ? ਬਾਲਾ ਬੁਲਾਈ ਨਾ, ਜੀ ਜੀ ਕਹਿ ਕੇ ਗੱਲ ਕਰੀ, ਸਤਿ ਸ਼੍ਰੀ ਅਕਾਲ ਤੋਂ ਬਿਨਾਂ ਉਹਦੇ ਮੱਥੇ ਨਾ ਲੱਗੀ। ਚੰਗਾ, ਸਤਿ ਸ਼੍ਰੀ ਅਕਾਲ ਤਾਂ ਆਪਾਂ ਬਸ ਆਪਣੇ ਮੂੰਹ ਤੇ ਆ, ਕੋਈ ਚੱਕਰ ਨਹੀਂ, ਬੁਲਾ ਕੇ ਉਹਨੂੰ ਸਤਿ ਸ਼੍ਰੀ ਅਕਾਲ। ਅਬੜਾ ਤਾਂ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਵਿਆਹ 'ਚ ਤਾਂ ਹਜੇ ਦਿਨ ਪਏ ਨੇ, ਜੇ ਤੂੰ ਪਿੰਡ ਗੇੜਾ ਮਾਰਿਆ। ਮੈਂ ਨਾ ਹਜੇ ਐਂ ਮਹਾਂ ਵਧੀਆ ਸੇਵਾ ਜੀ ਕਰਦੇ ਨੇ, ਕੋਈ ਮੱਥੇ 'ਤੇ ਵੱਟ ਕਿਸੇ ਨੇ ਪਾਇਆ ਨਹੀਂ ਦੇਖਿਆ ਐਵੇਂ ਗਾਹਾਂ। ਊਂ ਤਾਂ ਚੱਲ ਮੈਂ ਤਾਂ ਬਹੁਤ ਕੁਛ ਕਹਿਣਾ ਗਾ ਵੀ ਜੇ ਮਾੜਾ ਜਿਹਾ ਮੈਨੂੰ ਕਿਸੇ ਪਾਸੇ ਕਾਣ ਮੀਣ ਲੱਗੀ ਮੈਂ ਉਹਦੀ ਭਾਜੂੰਗਾ ਰੁੱਸ ਕੇ। ਬੇ ਰੁੱਸਣ ਦੀ ਗੱਲ ਨਹੀਂ, ਮੈਂ ਤੈਨੂੰ ਐਂ ਕਹਿੰਦੀ ਹਾਂ ਆਪਦੀ ਇੱਜ਼ਤ ਨਾ ਆਪਦੇ ਹੱਥ ਹੁੰਦੀ ਆ, ਮੈਂ ਤਾਂ ਕਹਿੰਦੀ ਹਾਂ ਤੂੰ 4 ਦਿਨ ਪਿੰਡੀ ਵੱਗ ਜਾ, ਵਿਆਹ ਦੇ ਨੇੜੇ ਜੇ ਆ ਜੀ। ਇਹ ਮੈਂ ਭੂਆ ਨੂੰ ਤਾਂ ਦੇਖ ਮਿਲ ਕੇ ਜਾਊਂਗਾ। ਹਾਏ ਪਤਾ ਕੀ ਗੱਲ ਆ, ਮੇਰੀ ਗੱਲ ਸੁਣ ਵੀ ਜਿਹੜਾ ਮੈਂ ਆਪ ਤੋਂ ਦੇਖ ਆਪਾਂ ਨੇ ਵਿਆਹ ਕਰਾਇਆ ਹੈਗਾ ਉਹਦੇ ਕਰਕੇ ਮੈਂ ਅੱਧੇ ਰਿਸ਼ਤੇਦਾਰਾਂ ਦਾ ਜਾਣੂ ਆ, ਕਿ ਉਹਦੇ ਤਾਂ ਦੇਖ ਬੋਲਦੀ ਨਹੀਂ ਹੈਗੀ ਆਪਣੇ ਨਾਲ, ਤੇ ਫਿਰ ਆਇਆ ਮੈਂ ਹੁਣ ਵਿਆਹ ਦੇ ਬਹਾਨੇ ਸਾਰਿਆਂ ਨੂੰ ਮਿਲੂੰਗਾ ਮੈਂ। ਬੇ ਤੈਨੂੰ ਜਮਾਂ ਸ਼ਰਮ ਨਹੀਂ ਹੈਗੀ? ਹੈਂ ਜਮਾਂ ਸ਼ਰਮ ਨਹੀਂ ਹੈਗੀ? ਕਿਵੇਂ ਗੱਲਾਂ ਮਾਰਦਾ ਨਾ, ਮੈਂ ਤੈਨੂੰ ਕੀ ਗੱਲ ਕਹਿ ਰਹੀ ਹਾਂ, ਆਪ ਰਿਸ਼ਤੇਦਾਰਾਂ ਨੂੰ ਮਿਲਣ ਦੀ ਹੋ ਰਹੀ ਆ, ਮਾੜੀ ਮੋਟੀ ਸ਼ਰਮ ਜਾ ਮੰਨਿਆ ਕਰ, ਤੂੰ ਇੰਨਾ ਸ਼ੁਕਰ ਕਰ ਆਪਣਾ। ਐ ਨਹੀਂ ਹੁੰਦਾ ਬਈ, ਜਮਾਈ ਭਾਈ ਬੰਦਾ ਬੈਠਾ ਹੋਵੇ ਸਿਰ ਤਾਂ ਪਲੋਸ ਕੀ ਜਾਊਗੀ ਉਹ ਵੀ ਭੂਆ। ਸਿਰ ਪਲੋਸ ਰਹੀ ਹੋ ਤੋ ਜੇ ਨਾ ਤੇਰੇ ਜੁੱਤੀ ਕੱਢ ਕੇ ਉਹਨੇ ਢੂਕਣੇ 'ਚ ਮਾਰੀ। ਐ ਕੀ ਮੈਂ ਤਾਂ ਦੇਣਾ ਕੁਛ ਆ? ਦੇਣਾ ਤਾਂ ਆਪਣੇ ਕਿਸੇ ਦਾ ਕੁਛ ਨਹੀਂ। ਤੋੜ ਦੂੰ ਮੈਂ ਤੇਰੀ ਭੂਆ ਪਾ, ਤੇਰੀ ਹੂ ਮੇਰੀ ਨਹੀਂ ਕੁਛ ਲੱਗਦੀ ਉਹ। ਹਾਂ ਆ ਫੁਕਰੀ ਨਾ ਮਾਰਿਆ ਕਰ, ਗੱਲ ਸੁਣ ਲਿਆ ਕਰ ਧਿਆਨ ਨਾਲ, ਸਾਰਾ ਦਿਨ ਫੁਕਰੀ ਰਹੇਗੀ ਪੱਲੇ ਤੇਰੇ, ਕਾਮਲੀਆਂ ਗੱਲਾਂ ਕਰਦਾ ਰਹਿਣਾ ਸਾਰਾ ਦਿਨ। ਕੋਈ ਕੋਈ ਤੰਤ ਵਾਲੀ ਗੱਲ ਹੈਗੀ ਤੇਰੇ ਲਵੇ? ਕੋਈ ਤੰਤ ਵਾਲੀ ਗੱਲ ਆ ਤਾਂ ਸੁਣਾ ਮੈਨੂੰ, ਆ ਬੇਤੁਕੀਆਂ ਗੱਲਾਂ ਸੁਣਨ ਵਾਸਤੇ ਮੇਰੇ ਲਵੇ ਟਾਈਮ ਨਹੀਂ ਹੈਗਾ ਲੱਭੋ। ਆਹੋ ਹਾਂ ਮੇਰੀ ਗੱਲ ਸੁਣ ਤੂੰ, ਜੋ ਤੂੰ ਰੋਟੀ ਲੈ ਕੇ ਆਈ ਹੈ ਦਾਲ ਤੀ ਤੇਰੀ ਉਹ ਠੰਡੀ, ਰੋਟੀਆਂ ਤੀ ਤੇਰੀਆਂ ਪਾਣੀ ਵਰਗੀਆਂ ਜਿਵੇਂ ਪਾਣੀ 'ਚ ਭਿਉਂ ਕੇ ਲਈ ਹੁਣ, ਆਏ ਹੁੰਦੀ ਆ ਸੇਵਾ ਪਰਾਉਣੀ ਜੁਰੇ। ਪਹਿਲਾਂ ਮੇਰੀ ਗੱਲ ਸੁਣ ਲੈ, ਜਿਹੜੀ ਤੂੰ ਖਾਧੀ ਹੈ ਨਾ ਉਹ ਸਬਜ਼ੀ ਦੀ, ਰੋਟੀਆਂ ਤੈਨੂੰ ਗਰਮ ਦਿੱਤੀਆਂ। ਸਾਡੀ ਤਾਂ ਬਾਈ ਦਾਲ ਹੀ ਹੁੰਦੀ ਆ, ਚਾਹੇ ਗੋਭੀ ਦੀ ਹੋਵੇ ਚਾਹੇ ਗਾਜਰਾਂ ਦੀ ਹੋਵੇ, ਦਾਲ ਹੀ ਕਹਿੰਦੇ ਅਸੀਂ ਤਾਂ। ਮੈਂ ਫਿਰ ਐਂ ਕਰਦੀ ਹਾਂ ਚੁੱਲ੍ਹੇ 'ਚੋਂ ਕੱਢ ਕੇ ਕੋਲੇ ਤੇਰੀ ਜੀਭ ਤਾਂ ਧਰ ਦੇਣੀ ਆ, ਆਪ ਹੀ ਗਰਮ ਹੋ ਜੂ ਅੰਦਰ ਜਾ ਕੇ, ਰੋਟੀ ਵੀ ਦਾਲ ਵੀ। ਐਂ ਕਰੋ ਐਂ ਕੱਚਾ ਹੀ ਛੱਡ ਦਿਆ ਕਰੋ ਅੰਦਰ, ਆਪ ਹੀ ਅੰਦਰ ਬਣ ਜੂ ਦਾਲ, ਹੋਰ ਐਂ ਕੀ ਹੁੰਦਾ। ਉਹ ਟੋਲੀ 'ਚ ਪਿਆ ਆਟਾ ਜਾਂ ਲੱਗ ਜਾਵੇ, ਮੁੱਠੀ ਐਂ ਫੜਾ ਦਿਆ ਕਰੋ, ਮੁੱਠੀ ਨਹੀਂ ਖਾ ਲਿਆ ਕਰੋ, ਐਂ ਨਹੀਂ ਵੀ ਤੱਤੀ ਕਰਕੇ ਲਿਆ ਦੇਣਗੇ, ਮੂਹਰੋਂ ਬੋਲਣਗੇ ਸਿਆਣੇ ਬੰਦੇ ਨੇ ਜਿਹੜੇ ਐ ਕਹਿੰਦੇ ਨੇ। ਚੰਗਾ ਤੂੰ ਮੇਰੀ ਗੱਲ ਨਾ ਦਿਮਾਗ 'ਚ ਰੱਖੀ, ਭੂਆ ਦੇ ਸਾਹਮਣੇ ਬਾਹਲਾ ਬੋਲੀ ਨਾ, ਕਿਤੇ ਉਹ ਤਾਂ ਨਾਲੇ ਆਪਦਾ ਹਜਾ ਲਹਾਏਗਾ ਨਾਲੇ ਮੇਰਾ ਲਹਾਏਗਾ। ਅੱਛਾ ਭੂਆ ਦੇ ਕੀ ਜਵਾਬ ਆ ਭਲਾ? ਤੈਂ ਕੀ ਕਰਾਉਣਾ ਵੀ ਨਾਲ ਹੀ ਆਉਂਦੇ ਹੁਣ ਵੀ ਭੂਆ ਦੇ ਮੁੰਡੇ ਆਪਣੇ? ਮੈਨੂੰ ਭੂਆ ਨੇ ਅੰਗੂਠਾ ਨਹੀਂ ਲਾਇਆ ਹੈਗਾ, ਮੈਨੂੰ ਤਾਂ ਭਾਬੀ ਨੇ ਦੱਸਿਆ ਸੀ। ਮੈਂ ਕਹਿੰਦਾ ਸੀ ਵੀ ਕੋਈ ਖਾਣ ਪੀਣ ਵਾਲਾ ਤਾਂ ਨਹੀਂ ਹੈਗਾ ਉਹਨਾਂ 'ਚੋਂ? ਕਿਉਂ ਲਾ ਲਾਂਗੇ ਮਹਿਫਲ ਸਜਾ ਲਾਂਗੇ ਨਾਲ ਬਹਿ ਕੇ? ਜਵੜਿਆ ਤੇ ਮਰੂ ਮੁੱਕੀ, ਤੈਨੂੰ ਹੋਰ ਕੋਈ ਗੱਲ ਹੀ ਨਹੀਂ ਰਹੀ, ਮੈਂ ਤਾਂ ਕਿਹੜੀ ਗੱਲ ਕਰੀ ਜਾਂਦੀ ਆਪ ਤੈਨੂੰ ਖਾਣ ਪੀਣ ਦੀ ਰਹੀ। ਨਾ ਆਪਾਂ ਨਹੀਂ ਬੋਲਦੇ ਬਸ, ਠੀਕ ਆ ਫਿਰ ਆਪਾਂ ਤਾਂ ਬੋਲਦੀ ਹੈਗੇ ਇੱਕ ਪਾਸੇ ਬੈਠਿਆ, ਕਹਿ ਵੀ ਉਹਨਾਂ ਨੂੰ ਮੈਂ ਤਾਂ ਬੋਲਦਾ ਨਹੀਂ, ਕਿਸੇ ਨਾਲ ਵੀ ਨਹੀਂ ਬੋਲਦਾ। ਫਿਰ ਸਾਰਾ ਦਿਨ ਦਾਰੂ ਦੇ ਹੀ ਰਹਿ ਗਿਆ ਬੇ, ਹੈ ਘਰ ਦੀ ਕੋਈ ਸੋਚ ਫਿਕਰ ਰਹੀ ਨਹੀਂ। ਇਹ ਦੇਖ ਬੰਦਾ ਵਿਆਹ 'ਚ ਆਇਆ ਹੋਵੇ, ਗੱਲ ਤਾਂ ਦਾਰੂ ਦੀ ਹੋਊਗੀ, ਇਹ ਕਿਵੇਂ ਹੋ ਸਕਦਾ ਨਾ ਹੋਵੇ, ਜਦੋਂ ਆਪ ਕੱਢ ਕੇ ਪੀਂਦੇ ਨੇ ਆਪਾਂ ਵੀ ਪੀਵਾਂਗੇ। ਐਡਾ ਬਸ਼ਰਮ ਆ ਨਾ, ਮੇਰੇ ਪੱਲੇ ਪੈ ਗਿਆ ਕੰਜਰ। ਸ਼ਰਮ ਤਾਂ ਹੁੰਦਾ ਬੰਦਾ ਜੇ ਬਸ਼ਰਮ ਹੀ ਮੰਨੇ, ਆਪਾਂ ਕਿਹੜਾ ਮੰਨਦੇ ਆ।
ਚਲੋ ਕੋਈ ਨਹੀਂ ਆ ਜਾਣ ਦੇ ਭੂਆ ਨੂੰ ਵੀ ਕਰਦਿਆਂ ਦਰਸ਼ਨ। ਹੋ ਹੋ ਬੂ ਮੈਂ ਮਰ ਜਾਂ, ਇੰਨੀ ਦੂਰ ਅੱਡਾ ਹੈ, 6-6 ਫੁੱਟ ਦੇ ਹੋਣ ਭਤੀਜੇ, ਭੂਆ ਫੇਰ ਵੀ ਘਰ ਨੂੰ ਤੁਰ ਕੇ ਆਵੇ ਹੈਂ। ਇਹੋ ਜਿਹੇ ਤਾਂ ਚਾਹੇ ਮੋਟਰਸਾਈਕਲ ਵੀ ਨਾਲ ਜਾਣ, ਮੋਢਿਆਂ 'ਤੇ ਕਿਹੜਾ ਭੂਆ ਨੂੰ ਨਾ ਚੱਕ ਲਿਆਉਣ, ਪਰ ਹੁਣ ਕੌਣ ਸੁਣਦਾ ਭੂਆ ਦੀ ਹੈਂ। ਐਂ ਕਿਵੇਂ ਵਗ ਜਾ ਪਿੰਡ, ਕੱਲ੍ਹ ਨੂੰ ਕੁਛ ਹੋਰ ਕਹਿਣਗੇ। ਹਾਲੇ ਤਾਂ ਸੇਵਾ ਹੋ ਰਹੀ ਆ ਪ੍ਰਾਹੁਣੇ ਦੀ, ਜਿੱਦੇ 5-3 ਕਰਨ ਲੱਗੇ ਉਦੇ ਵਗ ਜਾਂਗੇ ਹਾਲੇ ਤਾਂ ਰਿਸ਼ਤੇਦਾਰ। ਆਹ ਕਿਹੜੀ ਆਉਂਦੀ ਆ ਓਏ, ਆਹ ਸਿਰ 'ਤੇ ਬੈਗ ਧਰੀ ਆਉਂਦੀ ਆ ਓਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ। ਹਾਂਜੀ ਨਾ, ਤੂੰ ਮੈਨੂੰ ਐਂ ਦੱਸ ਲੰਬੂ ਜਿਹਾ, ਆ ਸਾਡੇ ਬਾਹਰ ਕੇ ਕੀ ਕਰਦਾ ਤੂੰ? ਸੋਡਾ ਬਾਹਰ ਜੀ, ਲੈ ਹੋਰ, ਸਾਡਾ ਬਾਹਰ ਸਾਡਾ ਘਰ ਇਹ। ਅੱਛਾ, ਮੈਂ ਤਾਂ ਜੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੌਣ ਆ। ਹਾਂ, ਜਿਹੜੀ ਇਹਦੀ ਕੁੜੀ ਲਾਭੂ ਆ ਵੱਡੀ, ਜਿਹਨੇ ਗਲਤੀ ਕਰਤੀ ਤੀ, ਬਸ ਮੈਂ ਉਸੇ ਦੀ ਅੰਜਾਮ ਆ ਜੀ, ਬਸ ਮੈਂ ਉਹਦਾ ਨਤੀਜਾ। ਵੇ ਤੂੰ ਭਾਈ ਕੀ ਕਹਿਣਾ ਮੁੰਡਿਆ ਮੈਨੂੰ, ਪਹਿਲਾ ਨੰਬਰ ਤਾਂ ਉਹਨੇ ਸਾਡੇ ਘਰੇ ਜਨਮ ਲੈ ਕੇ ਗਲਤੀ ਕਰਤੀ, ਇਹੋ ਜਿਹੀ ਗਲਤੀ ਤਾਂ ਨਾ ਕੋਈ ਗਲਤੀ ਨਾਲ ਵੀ ਨਾ ਕਰੇ, ਜਿਹੋ ਜਿਹੀ ਉਹ ਕੁੜੀ ਨੇ ਸਾਡੀ ਨੱਕ ਵਢਾਈ ਹੈ, ਤੂੰ ਗਲਤੀ ਦਾ ਨਤੀਜਾ ਕਿਵੇਂ ਕੀ ਕਹਿੰਦਾ ਤੀ ਤੂੰ ਬਾਅਦ ਜੇ ਚ? ਉਹ ਤਾਂ ਛੱਡੋ ਜੀ, ਤੁਸੀਂ ਕੌਣ? ਮੈਂ ਤੁਹਾਨੂੰ ਪਛਾਣਿਆ ਨਹੀਂ ਹੈਗਾ, ਮੈਂ ਪ੍ਰਾਹੁਣਾ ਜੀ ਇਸ ਘਰ ਦਾ। ਮੈਂ ਪ੍ਰਾਹੁਣਾ ਜੀ ਇਸ ਘਰ ਦਾ? ਵੇ ਮੇਰੇ ਘਰ ਵਾਲਾ ਤਾਂ ਮੇਰੇ ਨਾਲ ਆਇਆ ਨੀ, ਸੁੱਖ ਨਾਲ ਸਾਡੇ ਕਾਰੋਬਾਰ ਵੱਡੇ ਨੇਗੇ, ਕੰਮ ਕਾਰ ਤੇ ਅੱਜ ਨੂੰ ਤਾਂ ਨਹੀਂ ਆਇਆ, ਤਾਂ ਕਰਕੇ ਮੈਂ ਇਕੱਲੀ ਆ ਗਈ। ਤੂੰ ਕੀ ਦਾ ਪ੍ਰਾਹੁਣਾ ਹੋ ਗਿਆ? ਕਹੀਂ ਤਾਂ ਜਾਨਾ ਜੀ ਮੈਂ ਲਾਭੂ ਦਾ ਪ੍ਰਾਹੁਣਾ। ਤੇਰਾ ਬੈਜੇ, ਤੇਰਾ ਬੇੜਾ, ਤੇਰਾ ਹੈ ਵੇ ਕੰਜਰਾ, ਤੈਨੂੰ ਮਲੰਗ ਨੂੰ ਕਿਹਨੇ ਘਰੇ ਵਾੜ ਲਿਆ ਹੈ? ਜੇ ਮੇਰੀ ਗੱਲ ਸੁਣ ਲਓ ਜੀ, ਮੈਨੂੰ ਮਲੰਗ ਨਾ ਕਹੋ, ਪਹਿਲਾਂ ਮੈਨੂੰ ਐਂ ਦੱਸੋ ਵੀ ਤੁਸੀਂ ਹੈਗੇ ਕੌਣ? ਮੈਂ ਹਾਂ, ਮੇਰਾ ਨਾਂ ਸੁਣ ਕੇ ਨਾ ਤੂੰ ਇੱਥੇ ਖੜਨਾ ਨਹੀਂ, ਤੈਨੂੰ ਮੈਂ ਦੱਸਦਾ ਜਿੱਦਣੀ ਪੈਰੀ ਆਇਆ ਓਨੀ ਪੈਰੀ ਵਾਪਸ ਜਾਏਗਾ। ਹਾਂ, ਮੈਨੂੰ ਪਤਾ ਵੀ ਤਾਂ ਲੱਗੇ ਕੌਣ ਹੋ ਤੁਸੀਂ। ਮੈਂ ਪਤਾ ਕੌਣ ਆ? ਦੱਸਾਂ? ਦੱਸੋ। ਮੇਰਾ ਤਾਂ ਨਾਂ ਹੀ ਕਾਫੀ ਆ, ਮੈਂ ਹੈਗੀ ਪ੍ਰੀਤੋ। ਹਾਂ ਪ੍ਰੀਤੋ ਭੂਆ ਤੂੰ? ਹਾਂ ਹਾਂ ਪ੍ਰੀਤੋ ਭੂਆ। ਤੁਸੀਂ ਤਾਂ ਜੀ ਕੁੜੀ ਜੀ, ਮਤਲਬ ਮੈਨੂੰ ਐ ਦੀ ਵੀ ਖਾਸੀ ਉਮਰ ਦੇ ਹੋਗੇ ਤੁਸੀਂ, ਸੋਹਣੇ ਜੀ। ਨਾ ਨਾ, ਮੈਂ ਖਾਸੀ ਉਮਰ ਦੀ ਕਿੱਥੇ, ਮੈਂ ਤਾਂ ਨਿਆਣੀ ਜੀ ਵਿਆਹਤੀ ਤੀ, ਮੇਰੇ ਬਾਪੂ ਨੇ ਉਹ ਮੇਰਾ ਬਾਪੂ ਥੋੜਾ ਢਿੱਲਾ ਮੱਠਾ ਜਿਹਾ ਰਹਿੰਦਾ ਤੀ, ਤਾਂ ਕਰਕੇ ਕਹਿੰਦਾ ਵੀ ਚੱਲ ਮੈਂ ਆਪਦੇ ਹੱਥਾਂ ਨਾਲ ਧੀਆਂ ਦਾ ਕਰਜ਼ਾ ਹਨਾ, ਫਿਰ ਮਗਰੋਂ ਤਾਂ ਭਾਈ ਤੈਨੂੰ ਪਤੀ ਆ ਭਰਜਾਈਆਂ ਆ ਜਾਂਦੀਆਂ ਨੇ, ਕਿਹੜਾ ਹਨਾ ਲਵੇ ਉਹਦੇ ਵਾਂਗੂ ਪੈਸਾ ਲਾਉਣ ਦਿੰਦੀਆਂ ਨੇ ਗੀਆਂ। ਪੱਪੂ ਆ ਜੀ ਸੱਚ, ਇੱਕ ਮਿੰਟ, ਸਤਿ ਸ੍ਰੀ ਅਕਾਲ ਜੀ, ਮੈਂ ਦੁਬਾਰਾ ਉਹ ਕਰਾਉਣਾ ਮਿਲਦਾ। ਨਾ ਨਾ ਨਾ, ਮੇਰੀ ਗੱਲ ਸੁਣ, ਮੈਨੂੰ ਨਾ ਤੇਰੀ ਲੋੜ ਨਾ ਤੇਰੀ ਸਤਿ ਸ੍ਰੀ ਅਕਾਲ ਦੀ ਲੋੜ, ਪਹਿਲਾਂ ਤਾਂ ਮੈਂ ਜਾ ਕੇ ਪਟਦੀ ਆ ਮੇਰੀ ਭਰਜਾਈ ਦੀ ਗੁੱਤਨੀ, ਠੀਕ ਹੈ? ਜਿਹਨੇ ਸਾਨੂੰ ਇੱਥੇ ਵੜਨ ਦਿੱਤਾ, ਨਾਲੇ ਮੇਰੇ ਭਾਈ ਦੀ ਲੈਣੀ ਖਬਰ ਜਾ ਕੇ। ਦੇਖੋ ਮੇਰੀ, ਜਦੋਂ ਕੁੜੀ ਨੇ ਐਡਾ ਚੰਦ ਚਾੜਤਾ ਤੀ, ਐਡਾ ਚੰਦ ਚਾੜਤਾ ਤੀ, ਫਿਰ ਕੀ ਲੋੜ ਤੀ ਦੁਬਾਰੇ ਵਰਤ ਵਰਤੇਵੇ ਦੀ? ਹੈ ਦੇਖੋ ਮੇਰੀ ਗੱਲ ਸੁਣ ਲਓ, ਮੈਂ ਤਾਂ ਤੁਹਾਨੂੰ ਕੁਛ ਵੀ ਨਹੀਂ ਕਿਹਾ, ਹੈ ਨਾ ਤੁਹਾਨੂੰ ਕਿਹਾ ਮੇਰੇ ਘਰ ਵਾਲੀ ਨੇ ਕੁਛ ਲੱਭੋ ਨੇ, ਤੁਸੀਂ ਐਵੇਂ ਪੈ ਕੇ ਸਾਡੇ ਕੋਲ ਨੇ ਕੁਛ ਕਿਹਾ ਨਹੀਂ। ਹੈ ਕਸਰ ਰਹਿ ਗਈ ਕੋਈ? ਸਾਰੇ ਦੁਨੀਆ ਜਹਾਨ 'ਚ ਤਾਂ ਢੋਲ ਵੱਜ ਗਏ, ਫਲਾਣੇ ਕੀ ਕੁੜੀ ਭੱਜ ਗਈ, ਫਲਾਣੇ ਕੀ ਕੁੜੀ ਭੱਜ ਗਈ, ਹਲੇ ਕਹਿੰਦਾ ਲਾਭੋ ਨੇ ਤੈਨੂੰ ਕੀ ਕਿਹਾ? ਨਾਲੇ ਮੇਰੀ ਗੱਲ ਇੱਕ ਹੋਰ ਸੁਣ, ਤੂੰ ਮੈਨੂੰ ਕੀ ਕਹੇਗਾ? ਕਹਿ ਕੇ ਦੇਖ, ਵਿਚਾਲੋ ਨਹੀਂ ਪਾੜ ਦੂੰਗੀ ਤੈਨੂੰ। ਮੈਂ ਤਾਂ ਤੁਹਾਡੀ ਤਾਰੀਫ ਕਰਦਾ ਤੀ ਵੀ ਤੁਸੀਂ ਸੋਹਣੇ ਸੁਨੱਖੇ ਹੋਗੇ, ਮਤਲਬ ਹਨਾ ਸੋਹਣੀ ਸੁਨੱਖੀ ਦਾ ਦੇਖ, ਦਰਜਾ ਤੁਹਾਡਾ ਲੱਗਦਾ ਨਹੀਂ ਹੈਗਾ। ਮੇਰੀ ਗੱਲ ਸੁਣ, ਸੋਹਣੀ ਸੁਨੱਖੀ ਰੱਬ ਨੇ ਬਣਾਇਆ ਹਨਾ, ਤੈਨੂੰ ਤਾਂ ਐਵੇਂ ਤਾਰੀਫ ਕਰਨ ਦੀ ਲੋੜ ਨਹੀਂ ਹੈਗੀ, ਤਾਰੀਫ ਕਰਨ ਨੂੰ ਸੁੱਖ ਨਾਲ ਮੇਰੇ ਘਰ ਵਾਲਾ ਜਾਣੀ। ਅੱਛਾ, ਫੁੱਫੜ ਜੀ ਹੈਗੇ? ਹੈਗੇ ਨੇ, ਸੁੱਖ ਨਾਲ ਹੈਗੇ। ਹਾਂ, ਫੇਰ ਸੋਹਣੇ ਸੁਨੱਖੇ ਨੇ, ਤੂੰ ਤਾਂ ਉਹਦੇ ਮੂਹਰੇ ਕੋਲੇ ਨਾ ਖੜਿਆ ਉਈ ਲੱਗੇਗਾ ਝਾਉਂ ਜਾ। ਮੇਰੇ ਨਾਲ ਤਾਂ ਖਰ ਕੀ ਕੰਪੈਰੀਜ਼ਨ ਆ ਕਿਸੇ ਦਾ ਜੀ, ਮੈਂ ਪ੍ਰਾਹੁਣਾ ਨਵੇਂ ਵਰਜਨ ਦਾ ਪ੍ਰਾਹੁਣਾ ਨਵਾਂ, ਜਿਹੇ ਜੇ ਕਾਰਨਾਮੇ ਤੂੰ ਕਰੇ ਨੇ ਹਨਾ,
ਇਹੋ ਜਿਹਾ ਤਾਂ ਭਾਈ ਸਾਡੇ ਖਾਨਦਾਨ ਚ ਅੱਜ ਤੱਕ ਤਾਂ ਕਿਸੇ ਨੇ ਕਰੇ ਨੀ ਹੈਗੇ ਖਰੀ ਆ ਵੀ ਮਿੱਤਰਾਂ ਨੇ ਕੰਮ ਉਹ ਕੱਢਿਆ ਜਿਹੜੇ ਅੜ ਗਏ ਲੋਕ ਕੋਈ ਨਾ ਅੱਗੇ ਅੱਗੇ ਦੇਖੀ ਹੁੰਦਾ ਕੀ ਹਲੇ ਤਾਂ ਲੱਡੂ ਕੇ ਮੋਤੀ ਚੂਰ ਦਾ ਤਾਜ਼ਾ ਤਾਜ਼ਾ ਵੱਟਿਆ ਹੋਇਆ ਤਾਂ ਕਰਕੇ ਵਧੀਆ ਲੱਗਦਾ ਪਾਣੀ ਪੀ ਲਈ ਤੁਸੀਂ ਕੋਈ ਨਾ ਪੀ ਲੂੰਗੀ ਹੁਣ ਤੂੰ ਚਾਹ ਪਾਣੀ ਪਿਆਵੇਂਗਾ ਮੈਨੂੰ ਬਣਿਆ ਚਾਹ ਪਾਣੀ ਦਾ ਤੂੰ ਰੇ ਚੌਂਕੀਦਾਰ ਹੈ ਬਾਰਗੇ ਖੜਿਆ ਕੇ ਗਲਤੀ ਹੋ ਗਈ ਗਲਤੀ ਹੋ ਗਈ ਨਾਲੇ ਹੋਰ ਆ ਗਲਤੀ ਨਾਲ ਤਾਂ ਕਈ ਗਲਤੀਆਂ ਕਰਤੀਆਂ ਤੇ ਨਤੀਜਾ ਮਾੜੀ ਹੁੰਦਾ ਇਹ ਗਲਤੀਆਂ ਦਾ ਤੈਨੂੰ ਮੈਂ ਦੱਸਦਾ ਯਾਰ ਖਾਸੀ ਆ ਓਏ ਐਂ ਹੁੰਦਾ ਹੁੰਦਾ ਕਿਤੇ ਕੰਮ ਜਮੀਨ ਨੀ ਪਰਾਉਣਾ ਧੋਣਾ ਸਮਝਦੀ ਕੋਈ ਨੀ ਕਰ ਲਾਂਗੇ ਸਿੱਧੀ ਇਹਨੂੰ ਵੀ ਹਾਏ ਨੀ ਮਾਂ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਆਓ ਵਧਾ ਤਾ ਭੂਆ ਦਾ ਤਾਂ ਬਲੱਡ ਦੇਖ ਲਾ ਪਰਾਉਣਾ ਜਾਂ ਪਹਿਲੀਆਂ 'ਚ ਹੀ ਮੱਥੇ ਲਾ ਕੇ ਆਵੋ ਕੋਈ ਨਾ ਪੁੱਤ ਫਿਰ ਘਰੇ ਆਈ ਨੂੰ ਵੀ ਪਤਾ ਲੱਗਦਾ ਉਹਨੂੰ ਤਾਂ ਘਰੇ ਆਈ ਨੂੰ ਤਾਂ ਲੱਗਦਾ ਪਤਾ ਹੁਣ ਬੋਲੂਗੀ ਤਾਂ ਉਹ ਆ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਤੁਸੀਂ ਨਾ ਬੋਲਿਓ ਨਾ ਕੀ ਗੱਲ ਹੈ ਮੈਨੂੰ ਸਤਿ ਸ਼੍ਰੀ ਅਕਾਲ ਹੋਰ ਬੀਬੀ ਤਾਕੜੀਆਂ ਹਾਂ ਤਾਕੜੀਆਂ ਉਹ ਦੇਖ ਲੈ ਕਰਤੀ ਦੀ ਤਾਕੜੀ ਬਾਹਰ ਕੇ ਖੜਾ ਰੱਖਿਆ ਗਾ ਉਰੇ ਬਾਈ ਜਾ ਬਾਈ ਜਾ ਨਹੀਂ ਮੈਨੂੰ ਐ ਦੱਸੋ ਨਹੀਂ ਤੁਹਾਡੀ ਸੰਗ ਸ਼ਰਮ ਕਿੱਧਰ ਗਈ ਕਿੱਥੇ ਟੰਗਤੀ ਕਿੱਲੀ ਤੇ ਲਾ ਕੇ ਸ਼ਾਂਤੀ ਰੱਖ ਗੱਲ ਤਾਂ ਸੁਣ ਲੈ ਸੁਣੀਆਂ ਮੈਥੋਂ ਨੀ ਸੁਣੀਆਂ ਜਾਂਦੀਆਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਤੁਸੀਂ ਨੇ ਘਰੇ ਆ ਕੰਡੇ ਬੀਜ ਰੱਖੇ ਨੇ ਮੈਂ ਭਾਰਾ ਨਹੀਂ ਆਉਂਦੀ ਤੀ ਹਾਂ ਮਾੜਾ ਮੋਟਾ ਤਾਂ ਠੰਡੀ ਰਹਿ ਐਂ ਕਾਹਨੂੰ ਕਰੀ ਜਾਂਦੀ ਹੈ ਤੂੰ ਦੱਸ ਹੈ ਫਿਰ ਵੀ ਜਮਾਈ ਪਾਈ ਹੈ ਚਾਹੇ ਵਿਆਹ ਆਪੇ ਹੀ ਕਰਾ ਲਿਆ ਮੇਰੀ ਗੱਲ ਸੁਣ ਠੰਡੇ ਮਤੇ ਨਾਲ ਮੈਨੂੰ ਪਤਾ ਆਪਣੇ ਵਿਚਾਰ ਨਹੀਂ ਮਿਲਦੇ ਇਹਨਾਂ ਨਾਲ ਆਪਾਂ ਪੁਰਾਣੇ ਖਿਆਲਾਂ ਦੀਆਂ ਫਿਰ ਹੁਣ ਕੀ ਕਰੀਏ ਧੀ ਦਿੱਤੀ ਹੈ ਜਮਾਈ ਬਣਾਇਆ ਚੱਲ ਆਪਾਂ ਨਹੀਂ ਬਣਾਇਆ ਚਾਹੇ ਉਹਨੇ ਆਪੇ ਪਾਲ ਲਿਆ ਫਿਰ ਹੁਣ ਵਰਤਵੇਰਾ ਵਰਤੇਵਾ ਵੀ ਕਰ ਹੀ ਲਿਆ ਜਦੋਂ ਉਹਦੇ ਨਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਲੈ ਇੰਨੀ ਲੇਟ ਆਈ ਹੈ ਭੂਆ ਤੂੰ ਤੇਰਾ ਜਮੀ ਸਰ ਗਿਆ ਹੋਟ ਰਹਿ ਗਿਆ ਜਦੋਂ ਨਾ ਸਿਰ ਤੇ ਟੋਪੀ ਨਾ ਕੋਟ ਨੀ ਜੇ ਲੱਗੀ ਠੰਡ ਕਿਵੇਂ ਹੋਵੇਂਗੀ ਲੋਟ ਤੇਰਾ ਵਿਆਹ ਕਰਕੇ ਵਿਆਹ ਕੋਈ ਨੀ ਭੂਆ ਕਿਤੇ ਨੀ ਮੈਨੂੰ ਕੁਛ ਹੁੰਦਾ ਪਹਿਲਾਂ ਤਾਂ ਤੂੰ ਦੱਸ ਹੈ ਇੰਨੇ ਦਿਨਾਂ ਤੱਕ ਆਈ ਹੈ ਤੈਨੂੰ ਐਂ ਨੀ ਹੈਗਾ ਸੀਗਾ ਵੀ ਵਿਆਹ ਗਾ ਛੇਤੀ ਵਗ ਜਾ ਮੈਂ ਅੱਛਾ ਹਾਂਜੀ ਕੀ ਗੱਲ ਮੈਨੂੰ ਕਿਹੜਾ ਪਹਿਲਾਂ ਦੱਸਿਆ ਸੀ ਤੁਸੀਂ ਨੇ ਜਦੋਂ ਤੁਸੀਂ ਨੇ ਮੈਨੂੰ ਫੋਨ ਕਰਤਾ ਵੀ ਭਾਈ ਹੁਣ ਆਪਣੇ ਕਾਰਜ ਦੇ ਦਿਨ ਨੇ ਫਿਰ ਮੈਂ ਆ ਗਈ ਨਾਲੇ ਤੈਨੂੰ ਪਤਾ ਪੁੱਤ ਆਪਣੇ ਘਰੇ ਸਰਦਾ ਨਹੀਂ ਹੈਗਾ ਹਾਂ ਭੂਆ ਉਹੀ ਕਹਿ ਦੇ ਤੂੰ ਕੰਮ ਨਹੀਂ ਕਰਾਉਣਾ ਸੀ ਅੱਛਾ ਆ ਕੰਮ ਕਰਾਉਣ ਵਾਸਤੇ ਬਲਾ ਤਾਂ ਰੱਖੀ ਆ ਉਹ ਹੋਰ ਕਾਸਰ ਰਹੇਗੀ ਕੋਈ ਨਾ ਕਿੱਥੇ ਬਲਾ ਉਹਨੂੰ ਮੇਰੀ ਗੱਲ ਸੁਣ ਭੂਆ ਬਲਾ ਤਾਂ ਉਹਨਾਂ ਨੂੰ ਲੈਂਦੇ ਹਾਂ ਪਰ ਪਤਾ ਕੀ ਆ ਤਾਈ ਕੰਨੀ ਦੇਖ ਕੇ ਸਾਰਿਆਂ ਨੂੰ ਚੁੱਪ ਕਰਨਾ ਪੈਂਦਾ ਗਾ ਜੇ ਤਾਂ ਤਾਇਆ ਜੀ ਹੁੰਦੇ ਗੱਲ ਹੋਰ ਸੀਗੀ ਅਗਲਾ ਕਹਿੰਦਾ ਜੇ ਅਸੀਂ ਆਪਦੇ ਘਰੋਂ ਆਉਂਦੇ ਹਾਂ ਤਾਂ ਇਹ ਗੱਲਾਂ ਸੁਣਾਉਂਦੇ ਨੇ ਪਹਿਲਾਂ ਅਸੀਂ ਬਾਪੂ ਜੀ ਨੂੰ ਇਹ ਗੱਲਾਂ ਮਸਾਂ ਸਮਝਾਈਆਂ ਨੇ ਭੂਆ ਬਣ ਕੇ ਨਾ ਤਾਂ ਤੂੰ ਦੇਖ ਇਹਨਾਂ ਦੀ ਕਰਮੇ ਦੀ ਬਹੂ ਨੂੰ ਕੁਛ ਬੋਲੀ ਅਤੇ ਨਾ ਲਾਭੋ ਨੂੰ ਬੋਲੀ ਜੇ ਅਗਲਾ ਵਰਤਣ ਲੱਗਿਆ ਅਗਲਾ ਕਹਿੰਦਾ ਖਣੀ ਇਹ ਤੋੜ ਕੇ ਰਾਜੀ ਨੇ ਭੂਆ ਜੀ ਹੱਥ ਬਣਾ ਲੈ ਸੁੱਖ ਨਾਲ ਦਿਨੋ ਦਿਨ ਮਖਾ ਨਰੋਈ ਹੁੰਨੀ ਜਾਨੀ ਹੈ ਸਾਡੇ ਘਰ ਦਾ ਦਾਣਾ ਪਾਣੀ ਲੱਗ ਗਿਆ ਭਾਈ ਤੈਨੂੰ ਹਾਂ ਲੈ ਭੂਆ ਜੀ ਹੁਣ ਇੱਥੇ ਕਿਹੜਾ ਕਿਸੇ ਚੀਜ਼ ਦੀ ਕਮੀ ਹੈ ਬਥੇਰਾ ਖਾਂਦੀ ਹਾਂ ਮੈਂ ਤਾਂ ਮੋਟੀ ਹੋ ਗਈ ਨਾ ਜੇ ਕਮੀ ਹੁੰਦੀ ਫਿਰ ਤੂੰ ਇੱਥੇ ਆਉਂਦੀ ਭਲਾ ਬੌਲੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਉਹ ਤਾਂ ਪਹਿਲੀ ਦੇਖ ਰੱਖਿਆ ਸੀ ਵੀ ਸੁੱਖ ਨਾਲ ਰੰਗ ਲੱਗੇ ਹੋਏ ਨੇ ਘਰੇ ਤਾਹੀ ਤੂੰ ਆ ਗਈ ਹੈ ਬੌਲੀ ਲੈ ਦੇਖ ਲਾ ਭੂਆ ਟਲਦੀ ਨੀ ਹਨਾ ਤੂੰ ਹਰੇਕ ਗੱਲ ਉਹਦੀ ਕਹਿ ਦੇਣੀ ਹੈਗੀ ਨਾ ਤੂੰ ਵੀ ਮਾੜੀ ਮੋਟੀ ਮੋਟੀ ਹੋ ਜਾਂਦੀ ਕੁਛ ਖਾ ਲਿਆ ਕਰ ਕਿ ਮੇਰੇ ਫੁੱਫੜ ਘਰੇ ਹੈ ਨਹੀਂ ਕੁਛ ਚੱਲ ਕੋਈ ਨਹੀਂ ਵੱਢ ਗਏ ਐ ਨਹੀਂ ਬੋਲਦੇ ਹੁੰਦੇ ਮੇਰੀ ਗੱਲ ਸੁਣ ਪਾਣੀ ਲਿਆ ਨਾ ਗਰਮ ਕਰਕੇ ਪੀ ਲਿਓ ਘੁੱਟ ਹਾਂ ਹਾਂ ਮੋਟੀ ਹੋ ਕੇ ਕੀ ਕਰਨਾ ਡਾਈਟ ਕਰਦੀ ਹੈ ਤੇਰੀ ਭੂਆ ਫਿਟਨੈਸ ਦੇਖ ਤੇਰੀ ਭੂਆ ਦੀ ਸਾਡੇ ਵਾਂਗੂ ਢਿੱਡ ਨਹੀਂ ਨਿਕਲੇ ਹੋਏ ਮੇਰੇ ਹੈ
ਕੰਮ ਕਰਦੀ ਹੈ ਮੇਰੀ ਭੂਆ ਸਾਰਾ ਦਿਨ, ਕਦੇ ਗੋਹਾ ਕੂੜਾ ਕਦੇ ਕੁਛ ਕਦੇ ਕੁਛ, ਤੁਰੀ ਫਿਰਦੀ ਰਹਿੰਦੀ ਹੈ। ਆਹ ਦੇਖ ਮੇਰਾ ਪੁੱਤ, ਸ਼ੇਰ ਪੁੱਤ, ਆਹ ਮੇਰੀ ਧੀ ਨੂੰ ਫਿਰ ਲਾਡਲੀ ਹੈ ਨਾ ਭੂਆ ਦੀ। ਹਾਂ ਲਾਡਲੀ ਹੈ, ਸਵਾ ਛੇ ਦੇਣ ਵਾਲੀ ਹੈ ਮੇਰੇ ਪੁੱਤ ਨੂੰ। ਦੇਖ ਇੱਕ ਗੱਲ ਤਾਂ ਹੈਗੀ ਭੈਣੇ, ਤੇਰੇ ਜਵਾਕਾਂ ਨੇ ਨਾ ਤਾਂ ਮੇਰਾ ਅੰਦਰ ਠਾਰਤਾ ਦੋਨਾਂ ਨੇ, ਇਹੋ ਜਿਹੀ ਪਰਵਰਿਸ਼ ਕੀਤੀ ਤੁਸੀਂ ਨੇ, ਹੈ ਨਾ, ਮੈਂ ਕਹਿ ਨਹੀਂ ਸਕਦੀ। ਇੱਕ ਹੁਣ ਕਹਿਣਾ ਵੀ ਔਖਾ, ਉਹ ਵੱਡੀ ਜੇ ਹੁੰਦੀ ਘਰੇ ਚੱਲ ਕੁਛ ਨਾ ਕੁਛ ਕਹਿ ਵੀ ਦਿੰਦੀ, ਹੁਣ ਇਹਦਾ ਵੀ ਜਵਾਕੜੀ ਦਾ ਕੀ ਕਸੂਰ ਹੈ, ਹੈ ਨਾ। ਐਂ ਕਹਿੰਦੀ ਤੀ ਚਾਹ ਚੂ ਧਰ ਲੈ, ਲੌਂਗ ਇਲਾਇਚੀਆਂ ਪਾ ਕੇ ਬਣਾ ਲਈ ਹੈ। ਹਾਂ ਠੀਕ ਹੈ ਭੂਆ ਜੀ, ਹਾਂ ਵਿੱਚ ਦੋ ਕਚਹਾਰੇ ਵੀ ਪਾ ਲਈ। ਬੀਬੀ ਚੁੱਪ ਕਰ ਜਾ ਨਾ, ਇੰਨਾ ਬੋਲਿਆ ਕਰ, ਤੈਨੂੰ ਪਤਾ ਅੱਜ ਕੱਲ ਦੀਆਂ ਕਹਾਉਂਦੀਆਂ ਨੀ। ਨਾ ਕਹਾਉਣ ਫਿਰ ਮੇਰਾ ਕੀ ਲੈ ਲੈਣਗੀਆਂ, ਨਾ ਕਹਾਉਣ ਨਹੀਂ ਆਏ ਆਖਣੀਆਂ ਭੈਣੇ ਵੀ ਇੰਨਾ ਕੁ ਨਹੀਂ ਆਈ ਹੈ ਖਾਣੀ, ਇਹ ਸਿਖਾਉਂਦੀਆਂ ਨੇ। ਉਹ ਗੋ ਜੀ ਕਿੱਥੇ ਹੁਣ, ਕਿੱਥੇ ਨਿਕਲੀ ਆ ਉਹ ਵੱਡੀ? ਭੂਆ ਨਾ ਬੋਲ, ਆ ਜੂਗੀ ਵੱਡੀ ਤਾਂ ਇੱਥੇ ਹੈ, ਤਾਂ ਇੱਥੋਂ ਡਰਦੀ ਉਹ ਅੰਦਰ ਬੜੀ ਬੈਠੀ ਹੈਗੀ। ਤੂੰ ਨਾ ਉਹਨਾਂ ਦੀ ਬੇਇੱਜ਼ਤੀ ਕਰ, ਅੱਜ ਨਾ ਤਾਈ ਉੱਥੇ ਬਾਗੀ ਆਪਦੇ ਪੇਕੇ। ਨਹੀਂ ਉਸੇ ਦੀ ਗੱਲ ਕਰਦੀ ਹਾਂ, ਮਹਾਂ ਵੱਡੀ ਕਿੱਥੇ ਨਿਕਲੀ ਹੈ? ਉਹ ਤਾਂ ਪਿੰਡ ਗਈ ਹੋਈ ਹੈਗੀ, ਪਿੰਡ ਗਈ ਹੈਗੀ, ਅੱਜ ਆਪਦੇ ਪੇਕੇ ਗਈ ਹੈਗੀ। ਉੱਥੇ ਅਸੀਂ ਆਖਿਆ ਚੱਲ ਅੱਜ ਦਿਨ ਵਧੀਆ ਸੀਗਾ ਵੀ ਬਾਗ ਜਾ ਵਿਆਹ ਲੈ ਕੇ ਚੱਲ ਵਿਆਹ ਦੇ ਆ। ਟਲ ਕੇ ਗਈ ਹੋਣੀ ਬਾਈ, ਉਹਨੂੰ ਪਤਾ ਤੀ ਵੀ ਆਉਂਦੀ ਮੇਰੇ ਸ਼ਾਂਪ ਪਾਊਗੀ ਤਾਂ ਟਲ ਕੇ ਗਈ ਹੈ। ਕੱਲ੍ਹ ਵੀ ਜਾ ਸਕਦੀ ਤੀ ਪੇਕੇ, ਓਕੇ ਉਹਦੇ ਵਾਂਗੂ ਪਰਸੋਂ ਨੂੰ ਵੀ ਜਾ ਸਕਦੀ ਤੀ, ਹੈ ਕਿਹੜਾ ਅੱਜ ਹੀ ਜਾਣਾ ਤੀ। ਚੱਲ ਕੋਈ ਨਹੀਂ ਭੂਆ, ਫਿਰ ਤਾਂ ਇਹ ਤਾਂ ਹੁਣ ਵਿਆਹ ਤੱਕ ਰਹਿਣਾ ਹੀ ਹੈਗਾ। ਹੁਣ ਫਿਰ ਵੱਡੀ ਤਾਈ ਕੰਨੀ ਦੇਖ ਕੇ ਤਾਂ ਚੁੱਪ ਕਰ ਜਾਂਦੇ ਹਾਂ, ਉਹਦੇ ਕਿਹੜਾ ਸਾਰੇ ਜਾਂਦੇ। ਉਹ ਤਾਂ ਆਪ ਰੋਂਦੀ ਹੈ, ਉਹ ਤਾਂ ਇਹਨੂੰ ਕਹਿੰਦੀ ਰਹਿੰਦੀ ਹੈ ਵੀ ਆਹ ਮੇਰੀ ਧੀ ਕਰਮਾਂ ਵਾਲੀ ਹੈ, ਜਿਹੜੀ ਭਾਈ ਆਪਦੇ ਘਰੋਂ ਉਹੀ ਗੱਲ ਇੱਜ਼ਤ ਨਾ ਜਾਊ ਅਤੇ ਦਾਜ ਲੈ ਕੇ ਜਾਊਗੀ। ਦੇਖ ਭਾਈ ਮੈਂ ਤਾਂ ਇਹਨੂੰ ਵੀ ਕਹਿਣੀ ਆ ਅਤੇ ਤੈਨੂੰ ਵੀ ਸ਼ਾਬਾਸ਼ ਦੇ ਦਿੰਦੀ ਹਾਂ, ਹੈ ਨਾ। ਤੈਂ ਵੀ ਆਪਦੇ ਮਾਂ ਬਾਪ ਦੀ ਇੱਜ਼ਤ ਰੱਖੀ ਅਤੇ ਮੇਰੇ ਪੁੱਤ ਨੇ ਤਾਂ ਦੇਖ ਰੱਖਣੀ ਓ ਰੱਖਣੀ। ਉਹਨੇ ਤਾਂ ਪੋਤੀ ਦੇ ਪਤਾ ਨਹੀਂ ਦੋਨੇ ਜਵਾਕਾਂ ਨੂੰ ਕਿਉਂ ਨਹੀਂ ਕੁਛ ਉਹਦੇ ਵਾਂਗੂ ਚੱਜ ਦਾ ਕੁਛ ਸਿਖਾਇਆ ਹੈਗਾ, ਹੈ ਝੰਡੇ ਚੜ੍ਹਾ ਤੇ ਦੋਨਾਂ ਨੇ, ਕੁੜੀ ਨੇ ਉਦੋਂ ਵੱਡਾ ਝੰਡਾ ਚਲਾਇਆ। ਚੱਲ ਮੁੰਡੇ ਦੇ ਤਾਂ ਆਪਾਂ ਨੇ ਐਂ ਕਹਿ ਲਿਆ ਤੂੰ ਚੱਲ ਉਹ ਜਾਣੇ, ਹੈ ਨਾ, ਆ ਗਈ ਵਾ ਗਈ। ਹੁਣ ਐਂ ਕੀ ਪਤਾ ਵੀ ਇਹਨੂੰ ਪੁੱਤੀ ਆਪਣਾ ਵੀ ਨੱਕ ਵਢਾ ਜੂਗੀ ਇਹ। ਮੈਨੂੰ ਪਤਾ ਹੈ ਮੇਰੇ ਸਰੀਕੇ ਕਬੀਲੇ ਦੀਆਂ ਦਰਾਣੀਆਂ ਜਠਾਣੀਆਂ ਭੈਣੇ ਜਦੋਂ ਕੋਈ ਵੀ ਮਾੜੀ ਮੋਟੀ ਗੱਲ ਹੁੰਦੀ ਹੈ ਉਹਦੀ ਮਿਹਣਾ ਦੇ ਦਿੰਦੀਆਂ ਨੇ। ਮੈਨੂੰ ਪਤਾ ਮੈਂ ਕਿਵੇਂ ਦਿਨ ਕੱਟਦੀਆਂ। ਓ ਭੂਆ ਤੂੰ ਆਦਾ ਮਨ ਕਿਉਂ ਔਖਾ ਕਰਦੀ ਹੈ, ਐਂ ਨਾ ਕਰ। ਕੋਈ ਨਾ ਤਾਂ ਮਨ ਚ ਭੈਣੇ ਇੰਨੇ ਚਾਹ ਤੇ ਵੀ ਭਤੀਜੇ ਦਾ ਵਿਆਹ ਹੋਊ, ਹੈ ਭਤੀਜੀ ਦਾ ਵਿਆਹ ਕਰੂੰਗੀ ਮੈਂ ਤਾਂ, ਸੂਟ ਵੀ ਸੁੱਕ ਨਾਲ ਪੰਜ ਛੀ ਪਹਿਲੀ ਸਮਿਆ ਲਏ ਤੇ ਉਦੋਂ ਮੈਨੂੰ ਕੀ ਪਤਾ ਤੀ ਵੀ ਆਹ ਦਿਨ ਦੇਖਣੇ ਪੈ ਜਾਣਗੇ। ਕੋਈ ਨਾ, ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ ਭੈਣੇ, ਇਹ ਕਿਸੇ ਦੇ ਸਾਰੇ ਦੀ ਗੱਲ ਨਹੀਂ। ਹੁਣ ਉਹਦੇ ਮਾਂ ਪਿਓ ਨੇ ਕਿਹੜਾ ਨਹੀਂ ਕਿਹਾ ਸੀਗਾ ਵੀ ਸਾਡੇ ਆਪੇ ਵਿਆਹ ਕਰਾ ਐਂ ਭੱਜ ਜਾਣ, ਬਹੂ ਭੱਜ ਕੇ ਆ ਜਾਏ ਜਾਂ ਕੁੜੀ ਭੱਜ ਜਾਏ, ਜੀ ਕਰਦਾ। ਵੱਡੀ ਦੇ ਕਿਹੜਾ ਪੇਕੇ ਵਰਤਦੇ ਨੇ, ਝਾਕਦੀ ਤਾਂ ਉਹ ਵੀ ਹੈ ਜੇ ਆਪਾਂ ਤਾਨੇ ਮਿਹਣੇ ਦਿੰਦੇ ਹਾਂ। ਤਾਈ ਕਹਿੰਦੀ ਹੈ ਵੀ ਸਖਣੀ ਸਾਡੇ ਘਰ 'ਚ ਕਲੇਸ਼ ਪੈਂਦਾ, ਤਾਂ ਇਹਨੂੰ ਨਹੀਂ ਪਤਾ ਆਪਣੇ ਵਰਗੀਆਂ ਤਾਂ ਸੁਣਾ ਦਿੰਦੇ ਗਾ, ਉਹ ਉਹਦੀ ਰੋਟੀ ਦਾ ਜਮਾਂ ਉਹ ਹੋ ਜਾਂਦਾ ਗਾ, ਰੋਟੀ ਨਹੀਂ ਉਹਨੂੰ ਦਿੰਦੀ ਹੈਗੀ। ਵੱਡੀ ਕੀ ਹੈ, ਨਪੁੱਤੇ ਦਾ ਜਨਮ ਦੀ ਪੱਕਿਆ ਹੋਇਆ ਅਮਰੂਦ ਨਹੀਂ ਹੁੰਦਾ, ਪਿੱਲਾ ਜਾ ਪੀਲਾ ਜਾ, ਉਹ ਇਹੋ ਜਿਹੀ ਨਸਲ ਦੀ ਹੋਵੇਗੀ। ਹੈ ਕੋਈ ਹੈਗੀ ਵੀ ਘਰੇ ਕੰਮ ਭੱਜ ਭੱਜ ਕੇ ਛਮ ਛਮ ਕਰੂਗੀ, ਪਸ਼ੂ ਡੰਗਰਾਂ ਦਾ ਕਰੂਗੀ, ਹੈ ਰੋਟੀ ਟੁੱਕ ਲਾ ਦੂਗੀ ਜਦੋਂ ਮਰਜ਼ੀ ਅੱਜ ਆਏ ਹੱਥ, ਹਾਂ ਭੂਆ, ਹਾਂ ਬੀਬੀ, ਹਾਂ ਚਾਚੀ, ਆਹ ਕੁਛ ਆਉਂਦੇ ਲਵੇ। ਮੈਂ ਤਾਂ ਕਦੇ ਦੇਖਿਆ ਨੂੰ ਅੱਜ ਤੱਕ ਕੰਮ ਕਰਦੀ। ਚੱਲ ਕੋਈ ਨਾ ਭੂਆ, ਇੰਨੀ ਕਿਉਂ ਔਖੀ ਹੁੰਦੀ ਹੈ, ਚਾਹ ਲਿਆ ਉਹਨੂੰ ਬੁਲਾ ਇੱਕ ਵਾਰੀ ਮੇਰੇ ਮੱਥੇ ਲਾ, ਕੋਈ ਨੀ ਦੇਖਾ ਮੈਂ ਦੇਖਾ ਲਵਾਂ ਉਹਦੀ ਖਬਰ। ਚੱਲ ਚੁੱਪ ਕਰ ਜਾ, ਚੁੱਪ ਕਰ ਜਾ ਮੇਰੀ ਭੈਣ, ਚਾਹ ਦੀ ਕੋਈ ਪੀ ਲੈ, ਗੱਲ ਤੇ ਮੂੰਹ ਮੋਟਾ ਕਰ ਲੈ, ਫਿਰ ਕਰ ਲੈ, ਮੈਂ ਲੈਣਾ ਕੁਛ ਇਹਨਾਂ ਤੋਂ, ਮੂੰਹ ਮੋਟਾ ਕਰਨ। ਹਾਂਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈੱਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।